ਸੁੰਦਰ ਗੁਰਬਖਸ਼ ਨੈਣੇ ਵਾਲੀਆ ਨਾ ਤੂੰ ਸਾਡਾ ਸਰੀਕ ਬਣ ਗਿਆ ਉਹਦੀ ਸੇਲ ਵੱਧ ਗਈ ਸਾਡਾ ਲੱਖਾਂ ਦਾ ਘਾਟਾ ਪੈ ਗਿਆ ਇੱਕੋ ਗੱਲ ਹੈ ਸਰਾਂ ਸਾਹਿਬ ਫਿਕਰ ਨਾ ਕਰੋ ਬਸ ਨਾਕਾ ਲਾਓ ਪੈਸੇ ਦੀ ਪਰਵਾਹ ਨਾ ਕਰੋ ਨਹਾ ਦੂ ਪੈਸੇ ਨਾਲ ਨਹਾ ਜਾਂਦੇ ਰਹੋ ਮਾਲਕੋ ਤੁਸੀਂ ਬੈਠੇ ਹੋ ਜਦੋਂ ਸਾਨੂੰ ਕੀ ਪਰਵਾਹ ਉਹਨਾਂ ਦਾ ਬੰਦਾ ਢਾ ਲਓ ਸਾਲੇ ਨੂੰ ਪਾੜ ਦਿਓ ਭਾਵੇਂ ਵਿਚਾਲੇ ਤੇ ਆਪਣੇ ਬੰਦੇ ਨੂੰ ਇੱਜ਼ਤ ਕਰਕੇ ਭੇਜਣਾ ਬਾਕੀ ਕੋਠੀ ਬਣ ਜਾਂਦੀ ਆਪਣੀ ਉਹ ਯਾਰ ਕੋਠੀ ਦੀ ਗੱਲ ਕਰਦਾ ਦੱਸ ਦੋ ਟਰੱਕ ਤਿੰਨ ਟਰੱਕ ਕਿੰਨੇ ਭੇਜਾਂ ਕਰਕੇ ਸਿਮੈਂਟ ਦੇ ਭੇਜਦੇ ਆ ਬਸ ਫੇਰ ਉਹ ਕੀ ਜੀ ਦਾ ਬਸ ਫਿਰ ਪਰ ਇਸ ਗੱਲ 'ਚ ਫਰਕ ਨਾ ਪਵੇ ਵਰਤ ਕੇ ਵੇਖੋ ਵਰਤੀ ਤਾਂ ਜਾਂਦਾ ਮੈਂ ਇੱਕ ਦੋ ਵਾਰ ਤਾਂ ਤੈਨੂੰ ਦੇਖਿਆ ਪਰ ਠੀਕ ਹੈ ਹਾਂ ਵੀ ਹੌਲਦਾਰ ਬੰਦਾ ਤੂੰ ਮੈਨੂੰ ਵੀ ਘੈਂਟ ਲੱਗਦਾ ਪਰ ਗੱਲ ਇਹ ਹੈ ਜਿਵੇਂ ਇਕਬਾਲ ਕਹੇ ਉਹਦੇ ਨਾਲ ਚੱਲੀ ਬਾਕੀ ਉਸ ਗੱਲ ਦੀ ਪਰਵਾਹ ਨਾ ਕਰੀ ਸਮਝ ਗਿਆ ਬਾਕੀ ਨਾਂ ਤੇਰਾ ਕੀ ਹੈ ਹੌਲਦਾਰ ਸ਼ਮਸ਼ੀਰ ਨਾਂ ਹੈ ਮੇਰਾ ਵਰਤੋਂਗੇ ਸਰਾਂ ਸਾਹਿਬ ਤਾਂ ਪਤਾ ਲੱਗ ਜਾ ਇਹ ਮੇਰਾ ਭਰਾ ਸ਼ਮਸ਼ੀਰ ਸਿੰਘ ਹਰਪਾਲ ਸਿੰਘ ਸਰਾਂ ਠੀਕ ਹੈ ਬਾਕੀ ਕੋਈ ਗੱਲਬਾਤ ਹੋਏ ਮੇਰੇ ਬਾਈ ਨੂੰ ਦੱਸਦੀ ਛੋਟੇ ਨੂੰ ਠੀਕ ਹੈ ਪਰਵਾਹ ਨਾ ਮੰਨੀ ਕਿਸੇ ਗੱਲ ਦੀ ਬਸ ਸਾਡੇ ਬਣ ਕੇ ਰਹੋ ਬੇਨਤੀ ਹੁੰਦੀ ਹੈ ਸਾਡੀ ਤਾਂ ਲੈ ਵੀ ਸ਼ਮਸ਼ੀਰ ਸਿੰਘ ਸ਼ਗਨ ਸਮਝ ਕੇ ਰੱਖ ਲਾ ਬਾਕੀ ਦਾ ਫੇਰ ਹਿਸਾਬ ਤਾਂ ਕਰਾਂਗਾ ਘੱਟ ਵੱਧ ਹੋਏ ਤਾਂ ਫੇਰ ਕਰ ਲਾਂਗੇ ਬਾਕੀ 40-50 ਹਜ਼ਾਰ ਹੋਣਾ ਇਹ ਤਾਂ ਕਰਜ਼ੇ ਵੀ ਨਹੀਂ ਗਰਮ ਅਤੇ ਇੱਕ ਗੱਲ ਹੋਰ ਸੁਣ ਲਾ ਸ਼ਮਸ਼ੀਰ ਸਿੰਘ ਜਿਹੜਾ ਬੰਦਾ ਸਾਡੇ ਘਰੇ ਆ ਕੇ ਸਾਡੇ ਬੰਦਿਆਂ ਤੋਂ ਮਾਲ ਲਵੇ ਉਹਨੂੰ ਕੋਈ ਤਕਲੀਫ ਨਹੀਂ ਹੋਣੀ ਚਾਹੀਦੀ ਵੀਰ ਮੇਰਿਆ ਜੇ ਸਾਰਾ ਪੰਜਾਬ ਚਿੱਟਾ ਚਿੱਟਾ ਨਾ ਕਰਦਾ ਤਾਂ ਸਰਾਂ ਸਾਹਿਬ ਬੰਦਾ ਨਾ ਸਮਝੋ ਬਥੇਰਾ ਕਹਿੰਦੀ ਟਾਈਮ ਸਰ ਆਇਆ ਕਰ ਉਹ ਹੁੰਦਾ ਠੇਡੇ ਖਾਂਦਾ ਆ ਗਿਆ ਨਾ ਤੂੰ ਬੜੇ ਕੱਚ ਦਾ ਆਇਆ ਵਾ ਚੱਲ ਬਹਿ ਜਾ ਮੈਂ ਤੇਰੀ ਰੋਟੀ ਲਿਆਉਣੀ ਆ ਗੱਲ ਸੁਣ ਬੁੱਢੜੀ ਐ ਰੋਟੀ ਥਾਲੀ ਚ ਨਾ ਲੈ ਕੇ ਆਈ ਅੱਜ ਜੱਟ ਗੱਡਾ ਸਿੰਧ ਰੱਖ ਕੇ ਖਾਊਗਾ ਸੁਣੋ ਜੇ ਤੇਰਾ ਬੱਬੂ ਗੱਲ ਮੈਂ ਕੱਢਦੀ ਆ ਮੈਂ ਤੋਂ ਤਾਂ ਨਿਸ਼ਾਨਾ ਵੀ ਨਹੀਂ ਸਹੀ ਲੱਗਦਾ ਜਗਾ ਲੈ ਖਾ ਲੈਣਾ ਗੋਡੇ ਨੀ ਕੰਮ ਕਰਦੇ ਜਾ ਹੁਣ ਆਪੇ ਫੜ ਕੇ ਰੋਟੀ ਖਾ ਲਾ ਮੇਰੇ ਕੋਲ ਨੀ ਘੜੀ ਘੜੀ ਜਾਇਆ ਜਾਂਦਾ ਚੰਗਾ ਮੈਂ ਆਪੇ ਖਾ ਲੈਣਾ ਚਾਹ ਕੇ ਬਹਿ ਜਾ ਵੀ ਮੇਰੀ ਗੱਲ ਸੁਣ ਬਹਿ ਜਾ ਤੈਨੂੰ ਹੋਰ ਕੰਮ ਵੀ ਕੀ ਆ ਨਾਲੇ ਤੈਨੂੰ ਪਤਾ ਨਾ ਤੈਨੂੰ ਕਿੰਨੀ ਔਖੀ ਹੋ ਕੇ ਨਸ਼ਾ ਛਡਾਇਆ 15 ਦਿਨ ਤੂੰ ਹਸਪਤਾਲ ਚ ਰਿਹਾ ਆ ਘਰੇ ਕੁੜੀ ਨੂੰ ਕੱਲੀ ਨੂੰ ਛੱਡ ਕੇ ਜਾਂਦੀ ਸਾਂ ਕਦੀ ਤੇਰੇ ਕੋਲ ਹਸਪਤਾਲ ਰਹਿੰਦੀ ਸਾਂ ਕਿੰਨਾ ਔਖਾ ਸੀ ਮੇਰੇ ਵਾਸਤੇ ਤੇ ਹੁਣ ਮੈਂ ਜਮਾ ਨਸ਼ੇ ਨੂੰ ਹੱਥ ਨਹੀਂ ਲਾਉਂਦਾ ਨਾਲੇ ਤੈਨੂੰ ਯਕੀਨ ਹੈ ਹੁਣ ਮੇਰੇ ਤੇ ਯਕੀਨ ਹੈ ਤੇ ਨਾ ਮੈਨੂੰ ਨਹੀਂ ਪੂਰਾ ਵਿੱਚ ਯਕੀਨ ਤੇਰੇ ਦੇ ਦੇ ਨਾਲੇ ਗੱਲ ਸੁਣੀ ਆ ਜਿਹੜੇ ਦੰਦ ਜੇ ਕੱਢਦੀਆਂ ਤੂੰ ਵੀ ਗੱਲ ਝੂਲਦੀ ਆਉਂਦੀ ਸਾਂ ਮੈਨੂੰ ਤੇਰੇ ਵੀ ਲੱਛਣ ਬਹੁਤੇ ਵਧੀਆ ਨਹੀਂ ਲੱਗਦੇ ਆ ਛੱਡਦੇ ਸਹੇਲਣਾ ਦਾ ਖੜਾ ਬੁੜਾ ਜਿਹਾ ਤੇ ਸਕੂਲ ਜਾਇਆ ਕਰ ਸਿੱਧੀ ਆਹੋ ਸਿੱਧੀ ਸਕੂਲ ਜਾਇਆ ਕਰ ਸਿੱਧੀਆਂ ਤਾਂ ਨਹੀਂ ਮਾਇਆ ਜਾਇਆ ਸ਼ਮਸ਼ੀਰ ਸਿਆ ਬੰਦੇ ਬਹੁਤ ਵਧੀਆ ਇਹ ਵੇਖ ਲਾ ਜਦੋਂ ਦਾ ਮੈਂ ਇੱਥੇ ਆਇਆ ਨਾ ਬੈਂਕ ਦਾ ਮੂੰਹ ਨਹੀਂ ਵੇਖਿਆ ਦੂਜੀ ਮੰਜ਼ਿਲ ਦਾ ਕੋਠੀ ਹੈਗੀ ਆਪਣੀ ਸਾਹਿਬ ਬਹਾਦਰ ਤੁਹਾਡੇ ਨਾਲ ਸਾਨੂੰ ਵੀ ਛੋਟਾ ਜਿਹਾ ਫਲੈਟ ਦਵਾ ਦਿਓ ਜੇ ਬਦਲੀ ਨਾ ਹੋਈ ਇੱਥੋਂ ਸ਼ਮਸ਼ੀਰ ਸਹੁੰ ਖਾ ਕੇ ਕਹਿੰਦਾ ਸਾਰਾ ਪੰਜਾਬ ਚਿੱਟੇ 'ਤੇ ਲਾ ਦਿਓ
जे तेरी वफादारी भी सरावा ना चंगी रही ना बरोबर दे कोठी ना पौती तेरी मैनू भी गवाल सियान कही मुर्गे आंदे जनाब चिट्टा नहीं हैगा जी लून है जी एदा लै कित्थों गुरबख्श सिंह तो जी किहड़ा गुरबख्श सिंह नैने वाली जी शमशेर ना आ मेरा थाने ले जाके पुट्ठा टंगू चल सैट ला वो तो कहंदे सीगे जी साडी हवा वाल कोई नहीं चल सकदा जी मैं दस केटा हटिया तेनू चल गए चला तू बिना तो तू के जाके ओ कालिया ओ दसा पैंड बारे की कहना कहना भाई मोटरसाइकिल बेच के दूं ना तेरे मोटरसाइकिल गंदियां बढ़ता दे तू नहीं हक लग सकता नहीं भाई जी गलती होगी आप हम चक लिया मैं यह जी गलतियां रोज रोज नहीं सुननी जीप लेके आया अपने पुत्र दिन देख के कहता है पंद्रह बारह दिन बाद लगी रही है मैं तो दुध लैन दे बहाने आया सी आ तेन पड़ाउण चंगा मैं तो जाना कोई वेख ना लवे Thank you.
ਇਹ ਚਿੱਟੇ ਕਾਰਨ ਪੂਰਾ ਪਿੰਡ ਹੀ ਖਾਲੀ ਹੋ ਜਾਊਗਾ। ਸਹੀ ਗੱਲ ਆ ਬਾਈ, ਮਾਮਾ ਦੇ ਪੁੱਤ ਬਹੁਤ ਰਿਸ਼ਮ ਸਿਆ ਇਸ ਤਰ੍ਹਾਂ ਰਿਹਾ ਹੋਏ ਜਾਣ। ਮਰ ਰਹੇ ਮਾਮਾ ਮਰ ਰਹੇ, ਪਰ ਆਪਾਂ ਨੂੰ ਵੀ ਹੁਣ ਜ਼ਰੂਰ ਕੁਛ ਕਰਨ ਦਿਓ। ਇਉਂ ਕਰੋ, ਹੁਣ ਆਪਾਂ ਇੱਥੋਂ ਜਾ ਕੇ ਨਾ ਮੀਟਿੰਗ ਕਰੀਏ, ਠੀਕ ਹੈ, ਫਿਰ ਉਸ ਹਿਸਾਬ ਨਾਲ ਹੱਲ ਕਰਦੇ। ਉਹ ਲਿਆਓ ਕਾਲਿਆ, ਜਿਹੜਾ ਅੱਜ ਨਵਾਂ ਮਾਲ ਆਇਆ ਆ, ਲੈ ਵੀ ਹਰਪਾਲ ਸਿਆ ਦੇਖ ਚੱਕ ਕੇ। ਬਹੁਤ ਕਿਹੜਾ ਮਾਲ ਹੈ, ਖੇਡਦੀ ਆ ਕਾਟੋ ਫੁੱਲਾਂ ਤੇ, ਪਹੁੰਚਾ ਦਿਓ ਘਰ ਕਰੋ ਇਹ ਮਾਲ। ਅੱਛਾ ਜੀ ਅੱਛਾ, ਆ ਬਾਈ ਕਿਰਪਾਲ, ਚੱਕਾਂ ਵਾਲੇ ਮੁੰਡਿਆਂ ਦਾ ਹਿਸਾਬ ਤਾਂ ਅੱਜ ਉਹਨਾਂ ਨੂੰ ਆਖਣਾ ਜੀ, ਇੰਨੇ ਨਾਲ ਤਾਂ ਨਹੀਂ ਸਰਨਾ, ਕਹਿੰਦੇ ਸੀ ਹਮੀਨਾ ਨੂੰ ਵੀ ਹੋਣ ਦਿੰਦੇ ਦੇ ਦਿਆਂਗੇ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਪਿੰਡ ਦੇ ਮੁੰਡੇ ਆ ਨਾ ਕਲੱਬ ਵਾਲੇ, ਉਹ ਸਾਰੇ ਇਕੱਠੇ ਹੋਏ ਫਿਰਦੇ ਆ, ਜਿਹੜਾ ਆਪਣਾ ਚਿੱਟੇ ਦੇ ਖਿਲਾਫ ਉਹ ਕਾਲੇ ਦਿਵਸ ਮਨਾਉਣ ਨੂੰ ਫਿਰਦੇ ਆ ਨਾ, ਠੀਕ ਹੈ। ਪਿੰਡ ਦੇ ਵਿੱਚ ਜਿਹੜੇ ਪਿਛਲੇ ਕੁਛ ਦਿਨਾਂ 7-8 ਮੁੰਡੇ ਮਰ ਗਏ, ਠੀਕ ਹੈ, ਆਪਾਂ ਨੂੰ ਉਸ ਦਾ ਕਰਕੇ ਥੋੜ੍ਹਾ ਜਿਹਾ ਵਿਚਾਰ ਰੱਖਣਾ ਪਊ। ਨਾ ਪੀਂਦੇ ਸਾਰੇ, ਨਾ ਮਰਦੇ, ਅਸੀਂ ਕਿਹੜਾ ਆਖਿਆ ਸੀ, ਹੈਂ। ਬਥੇਰੇ ਇਹੋ ਜਿਹੇ ਕਲੱਬ ਖਰੀਦੇ ਹੈ, ਉਹ ਪੈਸਾ ਚੱਲਦਾ ਪੈਸਾ। ਨਹੀਂ ਤੁਸੀਂ ਕਾਹਦੇ ਆਸਤੇ ਹੋ ਕੜੀਆਂ ਆਰ ਕੇ ਜਵਾਨ, ਰਵਾ ਨਾ ਮੰਨਿਆ ਕਰ। ਬਾਈ ਜੀ ਮੈਨੂੰ ਲੱਗਦਾ ਇਕੱਠੇ ਹੋ ਕੇ ਆਈ ਜਾਂਦੇ ਆ। ਤੇਰੀ ਵਜ੍ਹਾ ਦੇ ਨਾਲ 2 ਮਹੀਨਿਆਂ ਦੇ ਵਿੱਚ 7 ਮੌਤਾਂ ਹੋ ਗਈਆਂ। ਓਏ ਉਹਨਾਂ ਮਾਵਾਂ ਦੇ ਪੁੱਤਾਂ ਦਾ ਕੀ ਕਸੂਰ ਸੀ ਜਿਹੜੇ ਭਰੀ ਜਵਾਨੀ ਚ ਤੂੰ ਰਾਖ ਬਣਾ ਕੇ ਰੱਖਤੇ। ਉਹ ਕਲੱਬਾਂ ਦਾ ਸਹਾਰਾ ਲੈ ਕੇ ਦੁਸ਼ਮਣੀਆਂ ਨਾ ਕੱਢ ਰੇਸ਼ਮ ਸਿਆ। ਸਾਰੇ ਪਿੰਡ ਦਾ ਤੂੰ ਦੁਸ਼ਮਣ ਬਣਿਆ ਬੈਠਾ, ਜਾਣਦਾ ਇਹਨਾਂ ਨੂੰ? ਓਏ ਇਹਦਾ ਕੜੀਅਰ ਦਾ ਪੁੱਤ ਤੇਰੇ ਕਰਕੇ ਨਸ਼ਿਆਂ ਚ ਵੜ ਕੇ ਮਰ ਗਿਆ, ਤੇ ਇਹਦਾ ਭਰਾ ਅਜੇ ਤੱਕ ਬੋਲਿਆ ਨਹੀਂ, ਤੇ ਆ ਇਹਦਾ ਵੀ ਸਾਰਾ ਖਾਨਦਾਨ ਤੂੰ ਬਰਬਾਦ ਕਰਤਾ। ਉਹ ਇਹਨਾਂ ਸਾਰਿਆਂ ਦਾ ਕਿੱਥੇ ਭਰੇਗਾ ਤੂੰ ਰੇਸ਼ਮ ਸਿਆ? ਸਾਡੇ ਬੂਹੇ ਤੇ ਤੀਜੇ ਦਿਨ ਪੁਲਿਸ ਬੁਲਾਉਣ ਲਾ ਦੀ ਤੂੰ। ਤੂੰ ਸਾਡੇ ਤੇ ਇਲਜ਼ਾਮ ਲਾਉਣਾ, ਸਾਨੂੰ ਕਹਿਣਾ ਪੁਲਿਸ ਤੇਰੇ ਘਰੇ ਵਾੜਤੀ? ਉਹ ਤੇਰੀਆਂ ਕਰਤੂਤਾਂ ਕਰਕੇ ਪੁਲਿਸ ਤੇਰੇ ਘਰੇ ਵੜੀ ਹੈ। ਇਹਨਾਂ ਪੁੱਠੇ ਕੰਮਾਂ ਨੂੰ ਛੱਡ ਦੇ, ਬੰਦਾ ਬਣ ਜਾ ਬੰਦਾ, ਆ ਤੇਰੇ ਮੂਹਰੇ ਹੱਥ ਜੋੜਦਾ ਹੱਥ, ਸਾਡੇ ਨਾਲ ਮਿਲ ਜਾ ਤਾਂ ਕਿ ਸਾਰੇ ਪਿੰਡ ਦਾ ਸੁਧਾਰ ਹੋ ਜੇ, ਤੇ ਅਸੀਂ ਵੀ ਤੈਨੂੰ ਆਪਣੇ ਗੱਲ ਨਾਲ ਲਾਵਾਂਗੇ। ਸੋਚ ਲੈ ਕੁਛ ਵੇਣਾ, ਚੱਲਾਂ ਚੱਲਦੇ ਨਾ, ਇੰਨਾ ਸਿਆਣਾ ਨਾ ਬਣਾ, ਹੈ ਨਹੀਂ ਤੂੰ ਇੰਨਾ ਸਿਆਣਾ, ਤੂੰ ਪਾਲਿਆ ਬਾਜ ਨਹੀਂ ਆਉਣਾ। ਅਸੀਂ ਯਾਰ ਡਰਦੇ ਹਾਂ ਕਿਸੇ ਤੋਂ, ਨਹੀਂ ਆਉਂਦੇ। ਦੱਸੋ ਕੰਮ ਸਾਡਾ, ਤੁਸੀਂ ਪਹਿਲੀ ਗੱਲ ਸਾਡੇ ਖੇਤ 'ਚ ਕੀ ਲੈਣ ਵਾਲੇ ਹੋ? ਤੇਰੀਆਂ ਇੰਨਾ ਕਰਤੂਤਾਂ ਕਰਕੇ ਇੱਕ ਦਿਨ ਤੂੰ ਸਲਾਖਾਂ ਦੇ ਪਿੱਛੇ ਨਾ ਗਿਆ ਨਾ, ਤਾਂ ਮੇਰਾ ਨਾਂ ਵੀ ਰੇਸ਼ਮ ਨਹੀਂ। ਓਏ ਪੈਸਾ ਸਾਡੇ ਕੋਲੇ ਪੈਸਾ, ਤੇਰੇ ਕੋਲੇ ਕੀ ਹੈ? ਚਾਰ ਜਣੇ ਇਕੱਠੇ ਹੋ ਕੇ 10-10 ਰੁਪਏ ਪਾ ਕੇ ਕਲੱਬ ਬਣਾਈ ਫਿਰਦੇ ਆ, ਪੈਸਾ 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 ਹਰਾਮ ਦਾ, ਪਾਲਿਆ ਹਰਾਮ ਦਾ। ਬਾਲੀਆਂ ਉਡਾਰੀਆਂ ਨਾ ਮਾਰ, ਉਦੋਂ ਪਤਾ ਲੱਗੂ ਜਦੋਂ ਅਸਮਾਨ ਤੋਂ ਧਰਤੀ ਤੇ ਡਿੱਗਿਆ। ਅਸਮਾਨ ਤੋਂ ਧਰਤੀ ਤੇ ਡਿੱਗਿਆ, ਪਾਗਲ ਹੋ ਗਿਆ ਪਾਗਲ। ਹਸਲਾ ਹਸਲਾ ਪਾਲਿਆ, ਪਰ ਯਾਦ ਰੱਖੀ ਇੱਕ ਦਿਨ ਤੂੰ ਖੂਨ ਦੇ ਹੰਝੂ ਰੋਏਗਾ, ਤੇ ਤੈਨੂੰ ਵਰਾਉਣ ਵਾਲਾ ਕੋਈ ਨਹੀਂ ਮਿਲਣਾ। ਉਸ ਦਿਨ ਤੈਨੂੰ ਸਾਡੀਆਂ ਗੱਲਾਂ ਚੇਤੇ ਆਉਣਗੀਆਂ। ਇਹ ਪੰਚਾਇਤ ਨੂੰ ਧਾਕੇ ਅੱਜ ਤੱਕ ਕੋਈ ਸੁਖੀ ਨਹੀਂ ਰਿਹਾ। ਚਲੋ ਇਹ ਨਹੀਂ ਸੁਧਰਦਾ। ਜੀ ਕਰਦਾ ਸਾਰੀਆਂ ਦੀਆਂ ਸਾਰੀਆਂ ਗੋਲੀਆਂ ਇਹਨਾਂ ਦੇ ਵੇਦੀ ਟਪਾ ਦਿਆਂ, ਇਹ ਕੁਛ ਨਾ ਕੁਛ ਕਰਨਗੇ। ਮੈਂ ਤਾਂ ਮੁਲਾਜ਼ਮਾਂ ਨੂੰ ਪੈਸੇ ਚੰਗੇ ਰਹੋਗੇ, ਮਜ਼ਬੂਤ ਹੋਣਾ ਪਹਿਲਾਂ ਚਾਹੀਦਾ, ਬਾਅਦ 'ਚ ਕੁਛ ਨਹੀਂ ਬਣਦਾ। ਉਹ ਬਾਈ ਕਿਰਪਾਲ ਸਿਆ, ਉਹ ਤੂੰ ਕਿਉਂ ਦਿਲ ਛੱਡਦਾ? ਓਏ ਕੈੜਾ ਰਹਿ ਕੈੜਾ, ਉਹ ਆਪਣੀ ਤਾਂ ਡੁੱਬ ਡੁੱਬੀ ਐਵੇਂ ਬਾਜ਼ੀ ਰਹੂਗੀ। ਉਹ ਇਹੋ ਜਿਹੇ 20 ਸਮਾਜ ਸੇਵਕੀ ਮਿਲ ਕੇ ਸਾਨੂੰ ਸਮਝਾ ਗਏ, ਉਹ ਅਸੀਂ ਕਦੇ ਪਹਿਲਾਂ ਸਮਝਿਆ ਜਿਹਾਂ ਤੋਂ। ਯਾਰ ਗੁੱਸਾ ਤਾਂ ਆਉਂਦਾ ਹੀ ਹੈ, ਸਾਡੇ ਖੇਤ 'ਚ ਸਾਡੇ ਕੋਲੇ ਆ ਕੇ ਉਹ ਸਾਡੇ ਹੀ ਜਾ ਲੱਗ ਜਾਣ, ਮੈਂ ਤੇਰੇ ਮੂੰਹ 'ਚ ਫਿਰ ਗਿਆ।
ਉਹ ਚੱਲ ਕੋਈ ਨੀ, ਜਦ ਗਾਹਾਂ ਆਉਣਗੇ ਫਿਰ ਦੇਖ ਲਾਂਗੇ ਇਹਨਾਂ ਨੂੰ ਵੀ। ਬਾਈ ਆਪਣੇ ਇੰਨੇ ਬੰਦਿਆਂ ਦਾ ਗਰੁੱਪ ਹੈ, ਕਦੋਂ ਕੰਮ ਆਉਣਾ? ਬਾਈ ਜਾਨ ਮਾਰ ਦਾਂਗੇ ਤੁਹਾਡੇ ਤੇ, ਟੈਨਸ਼ਨ ਨਹੀਂ ਲੈਣੀ ਕਿਸੇ ਗੱਲ ਦੀ। ਦੇਖੀ ਕਦੇ? ਉਹ ਦੇਖੀ ਤਾਂ ਹੈਗੀ ਜੇ, ਭਾਲੂਏ ਵਰਗੀ ਨੀ ਦੇਖੀ। ਕੀ ਆਦਾ ਸਾਲਾ ਏ? ਜਨਾਬ ਤੁਹਾਡੇ ਬਾਰੇ ਗੱਲ ਕਰਦਾ। ਕੁੱਤੀ ਸ਼ਹਿ ਲੱਗਦੀ ਹੈ ਮੈਨੂੰ ਇਹ। ਤਲਾਸ਼ੀ ਲਿਆ ਜੀ। ਖੜਾ ਹੋਏ, ਕੀ ਨਾਂ ਤੇਰਾ? ਭੋਲਾ ਕਹਿੰਦੇ ਨੀ ਜੀ। ਕਿਹੜਾ ਭੋਲਾ? ਪਹਿਲੇ ਸ਼ਹਿਰ ਵਾਲਾ। ਕੀ ਕੰਮ ਕਰਦਾ? ਮੈਂ ਖੂਹੀਏ ਪੱਟੇ ਦਾ ਜੀ। ਨਹੀਂ ਦੱਸਦਾ ਤਾਂ ਜਿਵੇਂ ਡੀਸੀ ਲੱਗਿਆ ਹੁੰਦਾ। ਕੀ ਤੇਰੇ ਕੋਲੇ ਲੱਛਣ ਕਰਦਾ? ਬੰਦਿਆਂ ਨੂੰ ਕਿਹੜਾ ਬੰਦਿਆਂ ਨੂੰ? ਜਿਹਦੇ ਕੁੱਤੀ ਕਚਾੜੀਆਂ ਹੁੰਦੀਆਂ ਨਾ। ਇਹ ਨਹੀਂ ਜਨਾਬ ਦੇ ਕੋਲੇ ਬਸ। ਕੀ ਕੰਮ ਕਰਦਾ ਹੋਏ? ਜਨਾਬ ਮੈਂ ਖੂਹੀਏ ਪੱਟੇ ਦਾ। ਗੱਲ ਸੁਣ ਓਏ, ਇੱਕ ਜਨਾਬ ਦੇ ਪੱਟੇ ਹੀ ਜਿਹਨਾਂ ਵਿੱਚ ਉੱਡ ਵੀ ਟੁੱਟੀ ਪੱਟੇ ਨਹੀਂ ਕੁਛ ਪੱਟੇ ਗਾ ਤੂੰ ਗੌਰ ਕਰਦਾ ਬਰਦ। ਕਿੰਨੇ ਕੁ ਪੈਸੇ ਕਮਾ ਲੈਣਾ ਜਨਾਬ? ਪਹਿਲਾਂ ਤਾਂ ਕੰਮ ਠੀਕ ਚੱਲਦਾ ਸੀ, ਹੁਣ ਮੰਦੇ ਹੀ ਆ। ਜੇ ਕੋਈ ਟੱਟੀ ਪਟਾ ਲੈਂਦਾ ਮੁੜਕੇ ਪੈਸੇ ਨਹੀਂ ਦਿੰਦਾ। ਪੰਜਾਬ ਪੂਰੇ ਇਲਾਕੇ ਦੀ ਖਬਰ ਰੱਖਦਾ ਵੇ ਜਨਾਬ। ਬੰਦਾ ਕੰਮ ਦਾ ਲੱਗਦਾ। ਵੇਖ ਫਿਰ ਕਰ ਗੱਲ। ਕਿਉਂ ਓਏ ਜਨਾਬ? ਕਾਹਦੀ ਗੱਲ ਕਰਦੇ ਜੀ? ਆ ਕਾਲੇ ਚਿੱਟੇ ਦੀ? ਕਾਲਾ ਚਿੱਟਾ? ਸਾਨੂੰ ਚਿੱਟੇ ਬਾਰੇ ਜਾਣਕਾਰੀ ਦਿਆ ਕਰ। ਕੀ ਖੂਹੀਆਂ ਖਾਈਆਂ ਪੜਦਾ ਫਿਰਦਾ ਤੂੰ? 15-20 ਖੂਹੀਆਂ ਜਿੰਨੇ ਤਾਂ ਕੇਕੜੇ ਕਮਾ ਲਿਆ ਕਰੇਗਾ। ਮਾਲਾ ਮਾਲ ਕਰ ਦਿਆਂਗੇ, ਤੇ ਜੇ ਸਾਡੇ ਚੱਲਿਆਂ ਖਿਲਾਫ ਤਾਂ ਥਾਣੇ ਲਿਜਾ ਕੇ ਪੁੱਠਾ ਟੰਗੂ ਤੇ ਇਹੋ ਜਿਹਾ ਛੱਤਰ ਫੇਰੂ। ਆ ਖੂਹੀਆਂ ਪੱਟਣੀਆਂ ਤਾਂ ਕੀ ਖੂਹ ਜਾਣ ਲੱਗਾ ਤੰਗ ਹੋਵੇਗਾ। ਚੱਲ ਹੁਣ ਤੁਰਦਾ ਪਰ ਹੈਲੋ ਕੌਣ? ਕੋਡ ਕੀ ਆ? ਆ ਜਾ ਠੀਕੂ, ਬੂਹਾ ਖੋਲ। ਛੋਟੂ ਹਰੇਕ ਟੀ ਕਰਾਵਾ ਤੇ ਨਾਲੇ ਹੁਣ ਮਹਿੰਗਾ ਹੋ ਗਿਆ, ਰੇਟ ਵਧਾ ਦੋ, ਸਮਝ ਗਏ? ਹਾਂ ਜੀਬਾਂ ਨਿਕਲੀਆਂ ਪੰਜਾਂ ਪੀਣ ਵਾਲਿਆਂ ਦੀਆਂ, ਸੁਣ ਗਿਆ? ਮਿੰਨਤਾਂ ਕਰਦੇ ਨਾ, ਇਹ ਤੂੰ ਚਾਹਣਾ ਹੁਣ ਉਹ ਤੂੰ ਡੇਟਾ ਕਰ ਦੇ, ਨਹੀਂ ਵਿਕਦਾ ਕੋਈ ਜ਼ਰੂਰਤ ਨਹੀਂ। ਤਰਸਾਓ ਜਿੰਨਾ ਤਰਸਾ ਸਕਦੇ ਹੋ, ਸਮਝ ਗਏ? ਚਲੋ ਚਲੋ ਉਹ ਪੂਰੇ ਬਾਕੀ ਫੜੇ ਜਾਓ, ਵੱਡੇ ਜਾਇਓ, ਕੱਟੇ ਜਾਇਓ, ਨਾ ਨਾ ਲੈ ਬੈਠੋ, ਬਹੁਤ ਔਖੇ ਹੋਣਗੇ। ਸੁਣਿਆ ਮੁੰਡਿਆ? ਹਾਂ ਚਲੋ ਹੱਡ ਵੱਲ ਜਾਇਓ। ਉਹ ਤੇਰੀ ਪੇਮੈਂਟ ਕਿਉਂ ਨਹੀਂ ਆਉਂਦੀ? ਉਹ ਮੱਚੇ ਸਿਰ ਵਾਲਿਆ ਘਰੇ ਲੱਗ ਗਏ। ਕਿਉਂ ਮੈਂ ਤੁਹਾਡੇ ਗਿਆ ਕਿ ਘਰੇ ਲਾ ਦੇ? ਘਰ ਡਿੱਗ ਪਿਆ ਸੀ ਘਰ। ਫਿਰ ਇਹਦਾ ਸਾਡਾ ਕੀ ਲੇਖਾ ਦੇਖੋ ਬਈ, ਘਰ ਤੇਰਾ ਸਾਡਾ ਹਿਸਾਬ ਕਿਤਾਬ ਤਾਂ ਕਲੀਅਰ ਕਰੋ। ਮੇਰੀ ਗੱਲ ਸੁਣੋ, ਤੇਰਾ ਦੇਣਾ ਨਹੀਂ ਸੀ ਕੁਛ, ਤੈਨੂੰ ਪਤਾ ਖਰਚੇ ਕੀ? ਤੈਨੂੰ ਪਤਾ ਕਿਵੇਂ ਲੱਗਦੇ ਆ? ਵਿਸ਼ਵਾਸ ਨਾਲ ਗੱਲ ਚੱਲਦੀ ਹੈ ਇਹ। ਗੋਬੀ ਓਏ ਆ ਲਿਆ ਕੱਢ ਪਟਾ, ਕਰੀਏ ਹਿਸਾਬ ਕਿਤਾਬ ਇਹਦੇ ਨਾਲ। ਫੜੋ ਉਹਨੂੰ, ਪੜ ਲਓ ਮੇਰਾ।
ਤੇਰੇ ਕੋਲ ਕਿਉਂ ਦੇਵੇਗਾ ਪੈਸੇ ਨੀ ਕਦੋਂ ਦੇਵੇਗਾ ਘਰ ਵਿੱਚ ਘਰ ਵਿੱਚ ਮਰਜ਼ੀ ਆ ਬਾਈ ਅੱਜ ਕੱਲ ਪਿੰਡਾਂ ਦੇ ਵਿੱਚ 40,000 ਨੂੰ 50,000 ਨੂੰ ਮਰਲਾ ਵਿਕਦਾ, ਕੋਈ 2-4 ਮਰਲੇ ਤਾਂ ਹੋਣਾ, ਸਾਡੇ ਪੈਸੇ ਲਿਆ ਮੇਰਾ ਪੂਰੀ ਕਰਾਂਗੇ, ਸਾਡਾ ਪੇਟ ਪੇ ਲਾਂਗੇ ਤੇਰੇ ਤੇ, ਬੇਬੇ ਦੇ ਗਹਿਣੇ ਵੇਚ ਚਾਹੇ ਜੋ ਮਰਜ਼ੀ ਕਰ, ਜੋ ਅੱਗ ਚਾਹੇ ਫਿਰ ਵੀ ਧਰਦੇ ਕਿਤੇ ਹੈਗੇ ਕਿ ਖਾਫੂ ਗਿਆ ਵੀ ਨਹੀਂ ਜੀ ਹੈਗੇ, ਹੁਣ ਛੱਡੋ ਜੇ ਕੋਈ ਪੁੱਛਿਆ ਹਰੇ ਕੁਛ ਨਹੀਂ ਹੋਇਆ, ਗੱਲਬਾਤ ਕਰਕੇ ਚੱਲ ਨਿਉੜੇ ਦਾ ਕੀ ਕਰਨਾ ਕਿਉਂ ਮਰਜ਼ੀ ਆ ਸਾਲਾ ਸੁਣ ਭੁੱਲਣਾ ਚਾਹੀਦਾ ਬੰਦਿਆਂ ਦਾ ਆਪ ਖਿਆਲ ਰੱਖਿਆ ਕਰੋ, ਠੀਕ ਆ ਸਰਦਾਰ, ਨਾਲੇ ਨਾ ਤੁਸੀਂ ਬੰਦੇ ਪਾਏ, ਆਹ ਬੰਦਾ ਚੰਗਾ, ਆਹ ਬੰਦਾ ਚੰਗਾ, ਤੂੰ ਹੀ ਦੱਸ ਹੁਣ ਸਾਰੇ ਖਾਣ ਨੂੰ ਵਾਗੜ ਬਿੱਲੇ, ਉਹ ਹਿਸਾਬ ਦਾ ਵੀ ਕਲੀਅਰ ਕਰਿਆ ਕਰੋ ਇਹਨਾਂ ਨਾਲ, ਸੋਚਿਆ ਕਰੋ ਕੁਛ, ਚੱਜ ਦੇ ਬੰਦੇ ਪਰਖਿਆ ਕਰੋ, ਜੇ ਤੁਹਾਨੂੰ ਖਰਚੇ ਖੋਲੇ ਦੇਈਦੇ ਆ ਤਾਂ ਤੁਸੀਂ ਪੁੱਛ ਨਹੀਂ ਸਕਦੇ ਬੰਦੇ ਨੂੰ, ਆਸੇ ਪਾਸੇ ਤੋਂ ਪੁੱਛੋ ਕਿਹੋ ਜਿਹੇ ਬੰਦੇ ਆਏ, ਹੁਣ ਹੀ ਗੱਲ ਹੋਣੀ ਚਾਹੀਦੀ, ਜੇ ਤੁਹਾਡਾ ਆਹੀ ਹਾਲ ਰਿਹਾ ਫੇਰ ਚੱਲ ਗਿਆ ਆਪਣਾ ਕੰਮ, ਆ ਗਈ ਤੂੰ, ਮੈਂ ਤੈਨੂੰ ਫੋਨ ਕਰਦੀ ਸੀ ਤੂੰ ਗੱਲ ਹੀ ਨਹੀਂ ਕਰਦੀ, ਮੰਮੀ ਪਾਪਾ ਵਿਆਹ ਤੇ ਗਏ ਹੋਏ ਆ, ਸ਼ੁਕਰ ਹੈ ਵਿਆਹ ਤੇ ਗਏ ਹੋਏ ਆ, ਨਹੀਂ ਤਾਂ ਸਾਰਾ ਕੁਛ ਮੈਂ ਉਹਨਾਂ ਨੂੰ ਦੱਸ ਕੇ ਜਾਣਾ ਸੀ ਤੇਰਾ, ਮੈਂ ਕੀ ਕੀਤਾ ਤੁਸੀਂ ਆਂਦਾ ਕੁਛ ਨਹੀਂ ਕੀਤਾ ਗਾ, ਮਾਂ ਪਿਓ ਦੇ ਸਿਰ ਚ ਖੇ ਪਾਈ ਜਾਂਦੀ ਆ, ਤੂੰ ਤਾਂ ਸੋਚਦੀ ਮੈਨੂੰ ਨਹੀਂ ਪਤਾ, ਅੱਧੇ ਸਕੂਲ ਚ ਪਤਾ ਹੈ, ਜਿੱਦਾਂ ਸਾਰਾ ਨੂੰ ਪਤਾ ਲੱਗ ਗਿਆ ਨਾ ਸਰਟੀਫਿਕੇਟ ਕੱਟ ਕੇ ਹੱਥ ਚ ਫੜਾ ਦੇਣਗੇ, ਮੈਂ ਤੈਨੂੰ ਆਪਣੀਆਂ ਭੈਣਾਂ ਨਾਲੋਂ ਵੱਧ ਸਮਝਿਆ ਸੀ, ਕਿੱਧਰ ਚੱਲੀ ਆ ਮੈਂ ਦੱਸ ਗੱਲ ਨਹੀਂ ਸੁਣਦੀ ਇਹ, ਹਾਂ ਕੀ ਆ ਹਾਂ ਕੀ ਮੈਂ ਕਿਹਾ ਹੱਥ ਕੋਲ ਹੱਥ ਕੋਲ ਹੱਥ ਕੋਲ, ਕੁਛ ਨਹੀਂ ਕੀ ਆ, ਦੱਸ ਦੱਸ ਮੈਨੂੰ ਕੀ ਹੈ, ਕੁਛ ਨਹੀਂ ਦੱਸ ਮੈਨੂੰ ਕੀ ਹੈ ਇਹ, ਹੱਥ ਕੋਲ ਹੱਥ ਹੱਥ ਕੋਲ ਹੱਥ ਕੋਲ, ਹਾਂ ਕੀ ਚਿੱਟਾ ਚਿੱਟਾ, ਸ਼ਰਮ ਆਉਂਦੀ ਸ਼ਰਮ, ਤੂੰ ਤੂੰ ਵੀ ਪੀਲਾ ਭੋਲਿਆ,
ਨਾਰਾ ਜੀ ਮੈਂ ਚਾਹ ਨਹੀਂ ਪੀਣੀ। ਉਹ ਫਿਰ ਹੋਰ ਕੀ ਪੀਏਗਾ ਭੋਲਿਆ? ਗੋਲੀ ਵਾਲਾ ਬੱਤਾ। ਉਹ ਗੋਲੀ ਵਾਲਾ ਬੱਤਾ ਕਿ ਚਿੱਟਾ? ਕੱਢ ਲਾ ਫਿਰ ਭੋਲਿਆ। ਉਹ ਜਿਹੜੇ ਗੁਰਬਖਸ਼ ਦੇ ਬੰਦੇ ਨੇ ਉਹਨਾਂ ਨੂੰ ਤਾਂ ਪੁਲਿਸ ਵਾਲੇ ਕੁੱਟ ਕੁੱਟ ਕੇ ਅੰਦਰ ਵਾਲੀ ਜਾਂਦੇ ਨੇ, ਕਿਤੇ ਧਿਆਨ ਦਿੰਦੇ ਨੇ, ਤੇ ਜਿਹੜੇ ਹਰਪਾਲ ਦੇ ਬੰਦੇ ਨੇ ਉਹਨਾਂ ਨੂੰ ਕਹਿੰਦੇ ਤੁਸੀਂ ਜਿੱਦਾਂ ਮਰਜ਼ੀ ਚਿੱਟਾ ਲੈ ਕੇ ਆਓ, ਗੋਲੀਆਂ ਲੈ ਕੇ ਆਓ, ਉਹਨਾਂ ਨੂੰ ਕੁਛ ਨੀ ਕਹਿੰਦੇ। ਅੱਛਾ, ਹਾਂ ਉਹ ਪੁਲਿਸ ਦੇ ਵੀ ਛਰੇ ਪਿਆ, ਉਹ ਵੱਡੇ ਤੁਸੀਂ ਕਰੋ ਕੁਛ, ਤੇ ਮੇਰੀ ਗੱਲ ਸੁਣੋ, ਇਹਦੇ ਟਾਇਰ ਵੀ ਖਰਾਬ ਹੋਏ ਪਏ ਨੇ, ਤੂੰ ਪਰਵਾਹ ਨਹੀਂ ਚੱਲੇ ਜੇ ਥੋੜਾ ਜਿਹਾ। ਉਹ ਤੂੰ ਇਸੇ ਤਰ੍ਹਾਂ ਸੇਵਾ ਕਰਿਆ ਕਰ ਭੋਲਿਆ, ਆ ਲੈ ਇਹ ਹੱਕ ਦੀ ਕਮਾਈ ਹੈ, ਪਾਲੇ ਵਾਲੀ ਨਹੀਂ। ਚੱਲ ਠੀਕ ਹੈ, ਆਉਂਦਾ ਜਾਂਦਾ ਰਿਹਾ ਕਰ। ਚਲੋ ਬਈ, ਇਹੀ ਤਾਂ ਖਬਰ ਨਹੀਂ ਆ। ਮੁਰਗੇ ਆਉਂਦੇ ਆ ਜਨਾਬ, ਪੱਟਦੇ ਫਿਰ ਥੰਬ। ਕਿੱਧਰ ਮੂੰਹ ਚੱਕਿਆ ਬਈ, ਕਿਹੜਾ ਪਿੰਡ ਆ ਤੁਹਾਡਾ, ਕਿੱਥੋਂ ਆਏ ਹੋ, ਕਿੱਥੇ ਚੱਲੇ? ਨਾ ਨੰਬਰ ਪਲੇਟ ਕੀ ਖਾਦਾ ਉਤਰਾ? ਕੁਛ ਨੀ ਖਾਦਾ ਜੀ। ਲਾ ਸਾਹਿਬ ਤੇ ਚੱਲ ਸਾਹਿਬ ਕੋਲੇ ਜਾ ਵੜਨ ਤੋਂ ਜੀ, ਤੂੰ ਐਵੇਂ ਜੂਤ ਨਾ ਕਾਲੀ, ਚੱਲ ਸਾਹਿਬ ਕੋਲੇ ਲਾ ਸਾਹਿਬ ਦੇ ਨੂੰ ਸਾਹਿਬ ਜੀ ਜਾ ਵੜਨ ਤੋਂ ਜੀ, ਓਏ ਸਾਈਡ ਤੇ ਲਾ ਜਨਾਬ। ਆ ਵੀ ਇਹ ਵਿਸ਼ੇਸ਼ ਆ, ਪਿੰਡਾਂ ਖਤਰਨਾਕ ਲੱਗਦੇ ਆ ਇਹ, ਕਿਹਦਾ ਕੁਛ ਹੋਏ ਪਿੰਡੋਂ ਆਏ ਆ ਸਾਹਿਬ ਜੀ, ਕਿਹਦੇ ਜਾਣਾ ਜੀ? ਆ ਕੀ ਇਹਦੇ ਕੋਲ ਟੀਕੇ ਡਾਕਟਰ ਵਾਲੇ ਤੈਨੂੰ ਪਤਾ ਨੀ, ਬੁੱਧੂ ਬਣਾਈ ਜਾਂਦਾ। ਦੱਸ ਕਿਦੋਂ ਲੈ ਕੇ ਆਇਆ? ਕਿਦੋਂ ਲੈ ਕੇ ਆਇਆ? ਥਾਣੇ ਚਲ ਜਾ ਕੇ ਹਜ਼ਾਰ ਰਗੜੂ, ਯਾਦ ਰੱਖੇਗਾ ਸ਼ਮਸ਼ੇਰ ਨਾ ਮੇਰਾ 20 ਸਾਲਾਂ ਦੇ ਅੰਦਰ ਜਾਏਗਾ। ਮੰਨ ਜਾ ਕਿਤੋਂ ਲਿਆ, ਢੰਗ ਸਾਡੇ ਕੋਲ ਹੋਰ ਵੀ ਬੜੇ ਨੇ, ਦੱਸ ਮਾਰ ਦੇਣਗੇ। ਛੱਡਦੇ ਤਾਂ ਤੈਨੂੰ ਅਸੀਂ ਵੀ ਨੀ, ਅਸੀਂ ਬਖਸ਼ਾਂਗੇ। ਕਾਕਾ ਨਾਂ ਨੂੰ ਦੱਸ ਦਿਆ ਚਿੱਟਾ ਤਾਂ ਮੈਨੂੰ ਲੱਗਦਾ ਜੀ। ਉਹ ਯਾਰ ਮੁੰਡੇ ਹੀ ਮੈਨੂੰ ਤਾਂ ਸ਼ਰੀਫ ਲੱਗਦੇ ਆ। ਜਾਓ ਕਾਕਾ ਜਾਓ, ਇਹ ਤਾਂ ਮੱਝਾਂ ਮੁੱਝਾਂ ਦੇ ਰੌਲੇ ਟੀਕੇ ਆ, ਜਾਓ ਕਾਕਾ ਜਾਏ। ਚਲੋ ਚਲੋ ਮਾਰੋ ਮੋਜ, ਗੱਲ ਸੁਣੋ, ਸਰਾਵਾਂ ਬਿਨਾ ਜਾਇਓ ਨਾ ਕਿਤੇ ਹੋਰ। ਚਲੋ ਜਨਾਬ ਮੁੰਡੇ ਸ਼ਰੀਫ ਹੈ, ਹੋਰ ਨੰਬਰ ਪਲੇਟ ਲਵਾ ਲਈ, ਠੀਕ ਹੈ ਜੀ। ਲੱਗੀਆਂ ਚਲਾਨ ਕੱਟਦਾ ਨੂੰ।
जो मीटिंग क्यों रखी है आपां हर वसीला करके देख लिया अज साडा पंजाब इस चिट्टे दे कारण बुरी तरह सुलग रहा ते इस दी चिंगारी हर घर घर दे विच पहुंच चुकी है इस तो पहला इह भांबड़ बने असीं इहनूं उत्थे नप देना चाहुंदे हां ते इह तस्कर ते अपने उह पाल अरगे उन्होंने अजे तक अपनी एक भी गल नहीं मनी ये एक ही पाल नहीं इस तरह के अनेक पाल इस पंजाब नूं बर्बाद करने च लगे हुए औसतन पंजाब दे विच एक दिन च 13 मौतां होंदियां 13 असी हर हीला वसीला करके देख लिया इन्हां बलैकियां अगे मिंत तरले करके भी देख लिया पर इन्होंने साडी एक नहीं मनी इत्थों तक किसे नूं कोई शक सवाल नहीं भाई नहीं भाई भाई ਬਾਈ ਜੀ ਅਸੀਂ ਤੁਹਾਡੇ ਨਾਲ ਹੈ ਪਹਿਲਾਂ ਵੀ ਤੁਹਾਡੇ ਨਾਲ ਸੀ ਹੁਣ ਵੀ ਤੁਹਾਡੇ ਨਾਲ ਹੈ ਮੈਨੂੰ ਇਹੀ ਉਮੀਦ ਸੀ ਸਾਰੇ ਭਰਾਵਾਂ ਤੋਂ ਬਾਈ ਜੀ ਇਹਨਾਂ ਰੋਕਣ ਵਾਸਤੇ ਮੈਨੂੰ ਆਪਣੀ ਜਾਨ ਵੀ ਦੇਣੀ ਪਈ ਤਾਂ ਮੈਂ ਪਿਛਾਂ ਨਹੀਂ ਹਟਾਂਗਾ ਸ਼ਾਬਾਸ਼ ਸ਼ਾਬਾਸ਼ ਸਾਡੀ ਸਾਰਿਆਂ ਦੀ ਇਹੀ ਸੋਚ ਹੋਣੀ ਚਾਹੀਦੀ ਹੈ ਬਾਈ ਜੀ ਹੁਣ ਇਹ ਦੱਸੋ ਕੀਤਾ ਕੀ ਜਾਵੇ ਦੋਸਤੋ ਗੁਰੂ ਗੋਬਿੰਦ ਸਿੰਘ ਨੇ ਕਿਹਾ ਸੀ ਚੂ ਕਰ ਅਸ ਹਵਾ ਹੀਰ ਤੇ ਦਰ ਭਜਸ ਹਲਾਲ ਅਸ ਬੁਰਦਨ ਬਾਸ ਸ਼ਮਸ਼ੀਰ ਦਰ ਜਦੋਂ ਦੁਸ਼ਮਣ ਅੱਗੇ ਮਿੰਦ ਤਰਲਾ ਕਰੀਏ ਪਰ ਉਹ ਫਿਰ ਵੀ ਬਾਜ ਨਾ ਆਵੇ ਉਦੋਂ ਤਲਵਾਰ ਚੁੱਕਣਾ ਹੱਕ ਹੈ ਹਲਾਲ ਹੈ ਜਾਇਜ਼ ਹੈ ਦੋਸਤੋ ਜੇ ਇੱਕ ਜਾਨ ਦੇ ਕੇ 50 ਜਾਨਾਂ ਬਚਣ ਤਾਂ ਮੈਂ ਪਿੱਛੇ ਨਹੀਂ ਹਟਾਂਗਾ ਸ਼ੁਕਰ ਹੈ ਘਰ ਕੋਈ ਹੈ ਨੀ ਸਰਪੰਚ ਘਰ ਪਾਰਟੀ ਤੇ ਗਏ ਹੈ ਸਵੇਰੇ 4-5 ਵਜੇ ਮੁੜਨਗੇ ਛੱਡ ਇਹਨਾਂ ਗੱਲਾਂ ਨੂੰ ਚਿੱਟਾ ਲੈ ਕੇ ਆਇਆ ਨਾ ਮੇਰੇ ਕੋਲ ਆਸਦਾ ਹੀ ਸੀ ਘਰੇ ਲਿਆਂਦਾ ਹੀ ਨੀ ਡੈਡੀ ਹੁਣਾਂ ਨੇ ਉਹਦਾ ਖੇਤ ਚ ਰੱਖ ਦਿੱਤਾ ਖੇਤੋਂ ਹੀ ਚੁਕਾ ਦਿੰਦੇ ਆ ਇੱਕ ਦੋ ਦਿਨ ਚ ਮੇਰੇ ਹੱਥ ਲੱਗ ਜੂਗਾ ਨਾ ਤੇ ਫਿਰ ਮੈਂ ਲੈ ਆਊਂਗਾ ਤੇ ਹੁਣ ਐਂ ਕਰ ਮੇਰੇ ਕੋਲ ਨਾ ਆਵੇ ਟੀਕੇ ਮੇਰੇ ਪਏ ਸੀ ਤੇ
एक तू ला ला एक मेरी ला दे हले फड़। चंगा मैं तो चलता हूँ, सुबह होने वाली आ, तेरे मम्मी डैडी हुणे आने वाले आ, वेखी कि मेरे मोर ना कटा दी। आ फड़ जांदा जांदा मेरे टीका तो ला जा। चंगा लिया फड़ा बैठ ला देना मेरा प्यारा भोलू। सोचा सी पुत करू नौकरी मन विच खाब बसाया सी हुण पुत्रा तू लतड़ के सुट गया साडे सजना। मैं तो चलदा फिर हाल है आसमान दा ना दे टीके लौंदे उच्ची के वेखो मामा आए पुत ना दे चिट्टा लौंदे उच्ची के वेखो पाले सरां दा माल है कोई माड़ा तीड़ा माल नहीं लाउन ते लाहौर दिखा दिंदा है। भाई मैं ही पाले सरां तों लग्या सी पीण हड्ड टुटी जांदे आ भाई तू भी उन्हां दा बंदा है दे दे यार मेहनत वाली गल्ल सोने दे भा आउंदा काका जे पैसे हैगे दस नहीं तां मैं चलदा। भाई मोबाइल लै ला यार मैनूं तुरन जोगड़ा तां कर दे। तेरा 250 दा मोबाइल है जे पैसे हैगे दस नहीं मैं चलदा। तू छड परा हो छड तू मर परे सुखिया इन छे तो पहले मरिया एक केरू का मुंडा तो लगे जा तेन पहला किन्नी बारी समझाए सद बंदे ने पर तू आवाज नहीं आता। ओए सुखे हुण प्यार ना नहीं मनना ने नहीं भाई डांगा ना मनूंगा जानना बल्ले हो तेरे थानेदार
ਇਹ ਵਿਚਾਰਾ ਤੇ ਅਸੀਂ ਬਦਮਾਸ਼ ਆ। ਕਿੰਨੇ ਕ ਪੈਸੇ ਲਏ ਤੋ ਤੂੰ? ਮੇਰੀ ਗੱਲ ਸੁਣੋ ਧਿਆਨ ਨਾਲ, ਪੈਸੇ ਪੂਸੇ ਨੂੰ ਮੂੰਹ ਨਹੀਂ ਲਾਉਂਦਾ, ਮੈਂ ਮੂੰਹ ਨਹੀਂ ਲਾਉਂਦਾ, ਸਿੱਧੇ ਜੇਬ ਚ ਪਾਉਂਦਾ। ਉਹ ਤਾਂ ਦਿਸੀ ਜਾਂਦਾ ਥਾਣੇਦਾਰਾ, ਕਿੰਨਾ ਕ ਪੈਸੇ ਨੂੰ ਤੂੰ ਮੂੰਹ ਨਹੀਂ ਲਾਉਂਦਾ। ਕਾਨੂੰਨ ਨੂੰ ਹੱਥ ਚ ਲੈਨੇ ਹੋ, 3-7 ਲੱਖ ਅੰਦਰ ਪਾ ਦੂੰਗਾ, ਜਮਾਨਤ ਨਹੀਂ ਹੋਣੀ ਆ, ਕਰੇ ਆ ਉਹਨੂੰ ਦੱਸੋਗੇ। ਇਹ ਮਨਮੋਹੀ ਚਿੱਟਾ ਵੇਚੀ ਜਾਂਦੇ ਆ, ਕਿੰਨੇ ਕੇਸ ਦਰਜ ਕੀਤੇ ਇਹਨਾਂ ਤੇ? ਆ ਸਾਡੇ ਵਰਗੇ ਜਿਹੜੇ ਇਹਨਾਂ ਨੂੰ ਰੋਕਦੇ ਆ, ਇਹਨਾਂ ਤੇ ਕੇਸ ਪਾਈ ਚਲੋ, ਜ਼ਿਲ੍ਹਾ ਚ ਧੱਕੀ ਚਲੋ, ਤੇ ਇਹਨਾਂ ਨੂੰ ਸ਼ਰੇਆਮ ਹੁਣ ਗਏ ਆ, ਉਦੋਂ ਪਹਿਲਾਂ ਜਮਾਨਤ ਹੋ ਜਾਂਦੀ ਆ। ਪਰ ਕਿੱਥੇ ਗਿਆ ਕਾਨੂੰਨ? ਥੋੜੀ ਬਹੁਤੀ ਸ਼ਰਮ ਕਰੋ ਇਸ ਵਰਦੀ ਦੀ, ਤੁਹਾਨੂੰ ਤੁਹਾਡੇ ਤੇ ਆਸ ਹੈ, ਤੁਸੀਂ ਵੀ ਇਹ ਕੰਮ ਕਰਨ ਲੱਗੇ। ਚੱਲ ਆ ਓਏ, ਤਾਂ ਛੱਡ ਕੇ ਆਵਾਂ। ਬਣਾ ਗਿਆ ਨਾ ਸਾਰਿਆਂ ਨੂੰ ਬੁੱਧੂ ਬਾਈ, ਹੁਣ ਸੋਚਣਾ ਨੀ, ਹੁਣ ਆਪਾਂ ਧਰਨਾ ਲਾਉਣਾ, ਚੱਲ ਕੇ ਸਾਰੇ ਪਿੰਡ ਨੂੰ ਮੂਰਖ ਬਣਾ ਗਾ ਯਾਰੇ। ਕੋਈ ਗੱਲ ਨੀ ਛੋਟਿਆ, ਹੁਣ ਆਪਾਂ ਸਾਰੇ ਪਲੈਨਿੰਗ ਦੇ ਨਾਲ ਕੰਮ ਕਰਾਂਗੇ, SSB ਦਫ਼ਤਰ ਜਾ ਕੇ ਸਿੱਧਾ ਧਰਨਾ ਲਾਵਾਂਗੇ। ਸਹੀ ਗੱਲ, ਤੇ ਆਪਣੇ ਸਾਰੇ ਜਿੰਨੇ ਮੈਂਬਰ ਜੁੜੇ ਉਹਨਾਂ ਨੂੰ ਸਾਰਿਆਂ ਨੂੰ ਬੁਲਾਵਾਂਗੇ। ਨਹੀਂ ਤਾਂ ਆਪਣੀ ਕਿਸੇ ਨੇ ਨਹੀਂ ਸੁਣਨੀ ਇੱਥੇ, ਨਾਲ ਆਪਾਂ ਪਿੰਡ ਦੀਆਂ ਬੀਬੀਆਂ ਨੂੰ ਵੀ ਲੈ ਕੇ ਚੱਲਾਂਗੇ। ਜ਼ਰੂਰ ਜ਼ਰੂਰ, ਚਲੋ ਬਾਈ ਫਿਰ, ਠੀਕ ਹੈ, ਚਲੋ ਫਿਰ। ਸਰਦਾਰ ਜੀ, ਮੈਨੂੰ ਇੱਕ ਗੱਲ ਸਮਝ ਨਹੀਂ ਆਈ ਤੁਹਾਡੀ, ਜਦੋਂ ਮੈਂ ਆਪਣੀ ਭੈਣ ਦਾ ਰਿਸ਼ਤਾ ਕੀਤਾ ਸੀ, ਤੁਹਾਡੇ ਕੋਲੇ 12 ਕਿੱਲੇ ਜ਼ਮੀਨ ਸੀ, ਤੇ ਅੱਜ ਪੂਰੀ 150 ਕਿੱਲਾ ਜ਼ਮੀਨ ਹੈ। ਨਾ ਤਾਂ ਤੁਹਾਨੂੰ ਮੈਂ ਕਦੇ ਖੇਤ ਜਾਂਦੇ ਵੇਖਿਆ, ਅੱਛਾ, ਨਾ ਤੁਹਾਡਾ ਕੋਈ ਆੜਤ ਦਾ ਕੰਮ ਹੈ, ਨਾ ਤੁਹਾਡਾ ਕੋਈ ਟਰਾਂਸਪੋਰਟ ਦਾ ਕੰਮ ਹੈ, ਇਹ 12 ਕਿੱਲਿਆਂ ਤੋਂ 150 ਕਿੱਲਾ ਕਿਵੇਂ ਬਣ ਗਿਆ, ਮੈਨੂੰ ਇਸ ਗੱਲ ਦੀ ਸਮਝ ਨਹੀਂ ਆਉਂਦੀ। ਬਾਈ ਛੰਦਿਆ, ਇਹ ਤਾਂ ਉਹ ਵਾਹਿਗੁਰੂ ਦੀਆਂ ਦੇਣਾ ਨੇ, ਆਪਿਆ ਦੇਣ ਵਾਲਾ ਕੁਛ ਵੀ ਹੈ, ਤੇਰੀ ਭੈਣ ਤਾਂ ਸੌਖੀ ਹੈ ਨਾ। ਮੈਨੂੰ ਪਤਾ ਕਿੰਨੀ ਕੁ ਸੌਖੀ ਹੈ, ਜਦੋਂ ਦਾ ਮੈਂ ਆਇਆ 2 ਵਾਰੀ ਰੋ ਚੁੱਕੀ ਹੈ ਮੇਰੇ ਕੋਲੇ, ਤੁਹਾਨੂੰ ਲੱਗਦੀ ਹੈ ਸੌਖੀ? ਕਦੇ ਘਰ ਵੱਲ ਧਿਆਨ ਦਿੱਤਾ ਹੋਵੇ ਤਾਂ ਫੇਰ ਹੈ ਨਾ, ਕੱਲ ਸਾਡੇ ਪਿੰਡ ਇੱਕ ਮੁੰਡੇ ਨੇ ਮੈਨੂੰ ਤੁਹਾਡੀ ਮੂਵੀ ਦਿਖਾਈ ਹੈ ਫੋਨ ਦੇ ਵਿੱਚ, ਮੈਨੂੰ ਤਾਂ ਕਈ ਦਿਨ ਦੀ ਸ਼ਰਮ ਆਉਂਦੀ ਹੈ, ਨਸ਼ਿਆਂ ਦਾ ਕਾਰੋਬਾਰ ਕਰਦੇ ਆ, ਇੱਕ ਪਾਸੇ ਸਾਰਾ ਪੰਜਾਬ ਨਸ਼ਿਆਂ ਦੀ ਅੱਗ ਵਿੱਚ ਸੁਲਗ ਰਿਹਾ, ਤੇ ਤੁਸੀਂ ਉੱਤੇ ਤੇਲ ਪਾ ਰਹੇ। ਇੱਕ ਗੱਲ ਮੇਰੀ ਯਾਦ ਰੱਖਿਓ, ਜਦੇ ਭਾਂਬੜ ਬਣਵੇ ਇਹਦਾ ਸੇਖ ਤੁਹਾਡੇ ਘਰ ਤੱਕ ਵੀ ਆਊਗਾ। ਸਾਡੇ ਘਰ ਦੇ ਕਿਉਂ ਸੇਖ ਆਊਗਾ, ਅਸੀਂ ਕਿਉਂ? ਪੈਸਾ ਪੈਸਾ ਨਾ ਚਲ ਚਾਹੁੰਦਾ, ਜਿਵੇਂ ਮਰਜ਼ੀ ਕਰੀਏ, ਜਿਵੇਂ ਆਊਗਾ ਨਹੀਂ ਆਉਂਦਾ। ਚੰਗਾ, ਮੈਂ ਤਾਂ ਕਰਦਾ ਨਾ, ਤੁਹਾਡਾ ਤਾਂ ਰੱਬ ਹੀ ਰੱਖਦਾ। ਭਾਂਜੇ, ਤੂੰ ਮੇਰੀ ਭੈਣ ਦੇ ਘਰ ਦਾ ਚਿਰਾਗ ਹੈ, ਮੈਂ ਤਾਂ ਚਾਹੁੰਦਾ ਸੀ ਇਸ ਚਿਰਾਗ ਦੀ ਰੋਸ਼ਨੀ ਪੂਰੀ ਦੁਨੀਆ ਚ ਹੁੰਦੀ। ਭਾਂਜਾ, ਤੈਨੂੰ ਪਤਾ ਮੈਂ ਆਪ ਦਾ ਵਿਆਹ ਕਰਾਇਆ ਨੀ ਗਾ, ਤੂੰ ਵੀ ਮੇਰਾ ਪੁੱਤ ਹੈ, ਭੈਣ ਦੇ ਪੁੱਤ ਤੇ ਆਪ ਦੇ ਪੁੱਤ ਦੇ ਵਿੱਚ ਕੋਈ ਫਰਕ ਨਹੀਂ ਹੁੰਦਾ। ਪਰ ਇੱਕ ਗੱਲ ਮੈਨੂੰ ਦੱਸੀ, ਜੋ ਕਾਰੋਬਾਰ ਤੇਰਾ ਚਾਚਾ ਤੇ ਤੇਰਾ ਪਿਓ ਕਰਦੇ ਨੇ, ਕਿਤੇ ਉਹਦਾ ਸੇਖ ਤੈਨੂੰ ਤਾਂ ਨਹੀਂ ਲੱਗ ਗਿਆ? ਮੈਨੂੰ ਮਹਿਸੂਸ ਹੋਈਆਂ ਗੱਲਾਂ, ਜਦੋਂ ਮੈਂ ਪਹਿਲਾਂ ਆਇਆ ਕਰਦਾ ਸੀ ਤੂੰ ਮਾਮਾ ਮਾਮਾ ਕਹਿੰਦਾ ਨਹੀਂ ਥੱਕਦਾ ਸੀ, ਤੇ ਹੁਣ ਜਦੋਂ ਮੈਂ ਤੇਰੇ ਵੱਲ ਦੇਖਦਾ ਤੂੰ ਨੀਵੀਂ ਪਾ ਲੈਂਦਾ। ਮੈਂ ਇਸ ਮੇਰੇ ਪਿਓ ਨੇ ਨੇਕਾਂ ਘਰਾਂ ਦੇ ਚਿਰਾਗ ਬੁਝਾ ਦੇ, ਇਹਨਾਂ ਨੂੰ ਵੇਖ ਕੇ ਮੰਮੀ ਮਾਮਾ ਆਪਦੇ ਆਪ ਨੂੰ ਰੋਕ ਨਹੀਂ ਸਕਿਆ, ਇਸ ਕਰਕੇ ਮੰਮਾ ਮੰਮੀ ਇਸ ਨਸ਼ੇ ਦੀ ਲਹਿਰ ਚ ਨਹੀਂ ਪੜਦਾ। ਤੂੰ ਤਾਂ ਮੇਰੇ ਸੀਨੇ ਦੇ ਵਿੱਚ ਅੱਗ ਲਾ ਦਿੱਤੀ,
ਮੈਂ ਪਹਿਲਾਂ ਹੀ ਮਹਿਸੂਸ ਕਰ ਰਿਹਾ ਸੀ ਕਿਤੇ ਇਸ ਸੁਲਗਦੇ ਪੰਜਾਬ ਦੀ ਲਾਜ ਮੇਰੀ ਭੈਣ ਦੇ ਘਰ ਦੇ ਨਾਲ ਲੱਗ ਜਾਵੇ। ਉਹੀ ਗੱਲ ਹੋਈ ਜਿਹਦਾ ਡਰ ਸੀ ਬਣ ਜਾ, ਉਹੀ ਗੱਲ ਹੋਈ ਜਿਹਦਾ ਡਰ ਸੀ। ਮਾਮਾ ਇਹਨਾਂ ਨੇ ਲੱਖਾਂ ਮਾਵਾਂ ਦੀਆਂ ਕੁੱਖਾਂ ਝਾੜ ਦਿੱਤੀਆਂ, ਇਹਨਾਂ ਨੂੰ ਕਿਵੇਂ ਪਤਾ ਲੱਗੂਗਾ ਕਿਸੇ ਦੀ ਮਾਂ ਦੀ ਕੁੱਖ ਕਿਵੇਂ ਝਾੜੀਦੀ ਆ। ਮਾਮਾ ਬਸ ਇਹਨਾਂ ਦੀ ਹਾਏ ਜਿਹੜੀਆਂ ਮਾਵਾਂ ਦੇਦੀਆਂ ਦਾ ਸਾ ਮਾਮਾ ਉਹ ਮੈਨੂੰ ਲੈ ਬੈਠੀਆਂ, ਮਾਮਾ ਉਹ ਮੈਨੂੰ ਲੈ ਬੈਠੀਆਂ। ਭਾਣ ਜਾ ਇਹਨਾਂ ਨੂੰ ਤਾਂ ਰੱਬ ਨੇ ਵੀ ਮਾਫ ਨਹੀਂ ਕਰਨਾ, ਰੱਬ ਨੇ ਵੀ ਮਾਫ ਨਹੀਂ ਕਰਨਾ। ਪਰ ਬਚ ਜਾ ਇਸ ਤੋਂ, ਅਜੇ ਕੁਛ ਨੀ ਵਿਗੜਿਆ ਦੁੱਲੇ ਬੇਰਾਂ ਦਾ, ਕੁਛ ਨੀ ਵਿਗੜਿਆ ਭਾਣ ਜਾ, ਬਚ ਜਾ ਬਚ ਜਾ। ਚੰਗਾ ਮਾਮਾ ਜੀ ਮੈਨੂੰ ਬਚ ਜਾ, ਥਾਣੇਦਾਰ ਹੈ ਕਿ ਪਟਵਾਰੀ ਹੈ, ਆ ਹੁਣੇ ਲੋਕਾਂ ਦੇ ਨਰਮੇ ਦੇ ਟੀਂਡੇ ਗਿਣਦਾ ਫਿਰਦਾ, ਥਾਣੇ 'ਚ ਡਿਊਟੀ ਘੱਟ ਕਰਦਾ ਖੇਤਾਂ 'ਚ ਜ਼ਿਆਦਾ। ਲੱਗਦਾ ਬਾਈ ਉਹਨੂੰ ਸਮਝਾਉਣਾ ਪੈਣਾ। ਗੱਲ ਤੇਰੀ ਸਹੀ ਹੈ, ਕੀ ਪਤਾ ਇਹਦੀ ਜ਼ਮੀਰ ਜਾਗ ਹੀ ਜਾਵੇ। ਰੋਕੀਏ ਰੁਕ, ਲਾਜ ਦੇ ਅੱਗੇ ਇੱਧਰ ਕਰਕੇ। ਸਤਿ ਸ਼੍ਰੀ ਅਕਾਲ ਥਾਣੇਦਾਰ ਸਾਹਿਬ। ਹਾਂ ਬਈ, ਗੱਡੀ ਕਿਵੇਂ ਕਿਲਾਈ ਹੈ? ਬਸ ਥਾਣੇਦਾਰ ਸਾਹਿਬ ਇੱਕ ਬੇਨਤੀ ਕਰਨੀ ਸੀ। ਦੱਸੋ। ਹਰਪਾਲ ਤੇ ਪਾਲ ਨੇ 50 ਕਿੱਲੇ ਜ਼ਮੀਨ ਬਣਾਈ ਹੈ ਥਾਣੇਦਾਰ ਸਾਹਿਬ। ਇਹ ਜਿਹੜੀ ਜ਼ਮੀਨ ਹੈ ਨਾ, ਸਾਡੇ ਪਿੰਡ ਦੇ 7-9 ਜਵਾਨਾਂ ਦੀਆਂ ਲਾਸ਼ਾਂ ਦੇ ਉੱਤੋਂ ਦੀ ਲੰਘ ਕੇ ਬਣਾਈ ਹੈ। ਬਹੁਤ ਵੱਡੇ ਚਿੱਟੇ ਦੇ ਵਪਾਰੀ ਤੇ ਤਸਕਰ ਹਨ। ਹੋਰ ਪਤਾ ਨਹੀਂ ਕਿੰਨੇ ਕੁ ਪਿੰਡਾਂ ਦੀਆਂ ਮਾਵਾਂ ਇਹਨਾਂ ਦੀ ਵਜ੍ਹਾ ਨਾਲ ਆਪਣੇ ਪੁੱਤ ਗਵਾ ਚੁੱਕੀਆਂ। ਅੱਜ ਉਹਨਾਂ ਦੇ ਮਰੇ ਆ, ਕੱਲ ਨੂੰ ਸਾਡੇ, ਇੱਕ ਦਿਨ ਉਹਨਾਂ ਦੇ ਵੀ ਮਰਨਗੇ। ਸਾਡੀ ਉਹਨਾਂ ਨੂੰ ਕੋਈ ਜਾਤੀ ਦੁਸ਼ਮਣੀ ਨਹੀਂ ਹੈ, ਪਰ ਜੋ ਧੰਦਾ ਕਰ ਰਹੇ ਆ ਚੰਗਾ ਨਹੀਂ ਹੈ। ਇਹ ਤੁਹਾਨੂੰ ਵੀ ਪਤਾ, ਸਾਡਾ ਵਿਸ਼ਵਾਸ ਤੁਹਾਡੇ 'ਤੇ ਹੈ।
जे तुसी साडा विश्वासघात कीता ते होर कौन साडी सुनूगा। प्लीज थानदार साहब। नाना सरदार साहब हाथ ना जोड़ो, तुसी मेरी जमीर जगाती, हुण मैं तुहाडे नाल हां। गल ये बंदा उदू मलाई जाना पर सुने भी वो बंदा काम का नहीं। देख तू बाबा एक छोटे भीरे वफादार सी, आज ढाई तीन लग रहा घर तेरे को, जे तू साडे नाल ना आंदा तेरे को सवाह होनी सी। समझना समझना मेरी गल, सरदार जी कोठिया महीने का ढाई किलो जाना वैसे क्लब जहा टूट जे ना सारी है जे कितना ही पैसा लग जे। ये ना जेडे लीडर जे बने फिरदे है ना, चिट्टा खत्म करना चिट्टा, ओ यार दस दस भी रुपये इकट्ठे करते होंगे एवं पुड़की जाते चाह पीने मारे बैठ के इकट्ठे, बाकी अपना भावे 10 लाख रुपया लग जे तोड़ के छड़ना, इस गल की तू भी परवाह ना कर। सिफारिश की बंदा आप भी आऊगा क्लब वाले मुंडे आऊगा, असि हूं ये नहीं जानते सी, गरंटी तेरी है जे फर्क पै गया ना मैं ना फिर रखी। ठीक है अच्छा दूजी गल छोटे भाई ध्यान देना, तू भी एक क्लब वाला मुंडा मगर का मुंडा मैं जानता, बड़ी पूछी चक्की सी इन्हें भी भाई भी असि इन्हना मुंडा दे वफादारी से चलना पूगा, डरदा क्यों हूं डरदा तू, कोई नी तेरे हाथ थोड़ा ही है तू पागल नहीं जी। लाला कुछ पीला है दो गल्लां करनियां सिर्फ, ठीक है छोटे वीर? नंबर एक, कदे साडे बारे कुछ भी बोल गया तो मां प्यो नूं पहले कह दिओ भाले ना टोटे टोटे करके सुट देंगे, जे वफादार है फिर भावे जान मांगी। बाकी जरूर दसना पो भी क्लब तू टूटिया क्यों, कि चाल तो नहीं उन्होंने भाई जी? मैं चंगा पढ़िया लिखा
बीए कीती है। अच्छा उन्होंने चाक के और ही बंदा मुरे लाता लीडरी दी भुक्का के आपां नूं सरपंच था देंगे एडी केड़ी गल राज साहब जिस सरपंची वाला हार तुसी मेरे गल पा दियो ता मैं क्लब वाला एक एक बंदा तोड़ तोड़ के इत्थे ले आऊं ऐश कर पर एक गल हो रहा एक बंदा पट ले सच्ची दिनों बीयर बीयर आ गई जेज पड़ा दूजा पट ले बीयर हो पड़ा तेरी जिम्मेवारी ये हो साढ़े हाँ है आ बंदा चुगी जरेंदा सी आज ऐसे करे बैठे पैसा पता की है मेरे छोटा भी ज्यादा पाके देना नू असी मोल ली लेता टाइप के तेरे भी वही करांगे ठीक है असी बंदे दा मान तान करते हैं जरा साढ़ा बंद सर मुंडिया छोड़ी तो दस भी जब भी कर रहे मुंडे दा मान तान करते हैं ये लोग ये आ पंद्रह भी है दस है पच्ची है ऐसे रही नोटा ना डट देंगे तेन आ मुंडे पर गिदारी है कोई तो नहीं ठीक है हाँ छी नोट है पर गुआढ़िया के मोटरसाइकिल भी टायर पाने ठीक है पर तुम फिक्र ना करो सरदार जी मैं चक दुर्घटना के साला फूला एडा दिदार निकलेगा अपना काम है हाथी दे दंदां दुखाउणे हो खाना किसे हो ना उन्हां नूं खुश करता वसाह नहीं करना जिहड़ा सुटे वसाह करके मर गया ठीक है निगाह रखनी है ना ते पैसा टका देकर अपने अज दे कुत्ते मिले नाल बस लगे रहे ठीक है हाँ तू सुन लिया कल सुन ले सरदार जी हां ये गल्ला नोट रखी ले जाना है ठीक है पहला तेरे मुंह से ठीक राखी करदा सी माड़ी जी गदारी कीती सी आज तक पता नहीं लग्या एडे एडे टोटे करके सी याद रखिया कर ठीक है सरदार जी मैं तो थोड़े चरणा ही धूल मेनू उपरो परवचन होंदे पए आ तेरा उन पिछे नहीं छड्डना तू पिछा छुड़ाना चाहना है ना तो तेन माता नु खुश करना पैना इक्कीस सौ रुपया रख पकता माता ने 500 रुपया चढ़ देना है बाबा की मैं फिर दूंगी जा पकता माता तेरे सारे काम ठीक करूंगी बोल पकते तेरा दुख दूर कर दवा
ਬੀਬਾ ਆ ਕੀ ਡਰਾਮਾ ਰਚਿਆ ਤੁਸੀਂ ਮਾਤਾ ਦੇ ਦਰਬਾਰ ਚ ਜੁੱਤੀਆਂ ਲੈ ਕੇ ਆਏ ਆ ਮਾਤਾ ਤੁਹਾਨੂੰ ਬਰਬਾਦ ਕਰ ਦੂ ਅੱਛਾ ਤੂੰ ਸਾਨੂੰ ਬਰਬਾਦ ਕਰੇਂਗੀ ਤੈਨੂੰ ਮੇਰੀ ਸ਼ਕਤੀ ਦਾ ਪਤਾ ਨਹੀਂ ਆ ਇੰਨੀ ਪਾਵਰ ਆ ਤੇਰੇ ਚ ਜੇ ਆਪਣੀ ਪਾਵਰ ਦਿਖਾਉਣੀ ਆ ਨਾ ਤਾਂ ਜੰਮੂ ਕਸ਼ਮੀਰ ਚ ਦਿਖਾ ਜਾ ਕੇ ਛੱਤੀਸਗੜ੍ਹ ਚ ਦਿਖਾ ਜਿੱਥੇ ਮਾਵਾਂ ਦੇ ਫੌਜੀ ਪੁੱਤ ਰੋਜ਼ਾਨਾ ਪਤਾ ਨੀ ਕਿੰਨੀ ਗਿਣਤੀ ਚ ਮਰਦੇ ਆ ਜਾ ਉੱਥੇ ਜਾ ਕੇ ਦਿਖਾ ਇਹ ਪਖੰਡ ਤੇਰੇ ਵਾਸਤੇ ਚੰਗਾ ਨਹੀਂ ਤੇ ਤੁਸੀਂ ਇੱਥੇ ਬੈਠੇ ਹੀ ਕਰਦੇ ਆ ਸ਼ਰਮ ਨੀ ਆਉਂਦੀ ਤੁਹਾਨੂੰ ਤੁਹਾਨੂੰ ਇਹਦੇ ਗਲਤ ਨਤੀਜੇ ਭੁਗਤਣੇ ਪੈਣਗੇ ਆਪਣੇ ਮਰੀਜ਼ਾਂ ਨੂੰ ਬਚਾਉਣ ਲਈ ਲਗਾਉਣਾ ਹੁੰਦਾ ਉਹ ਪੈਸਾ ਤਾਂ ਤੂੰ ਲੁੱਟ ਲੈਣੀ ਆ ਤੇ ਇਹ ਵਿਚਾਰੇ ਇਹਨਾਂ ਦੇ ਮਰੀਜ਼ ਇਲਾਜ ਤੋਂ ਵਾਂਝੇ ਰਹਿ ਜਾਂਦੇ ਆ ਤੇ ਜ਼ਿੰਦਗੀ ਤੋਂ ਹੱਥ ਧੋ ਬੈਠਦੇ ਆ ਇੱਕ ਤੇਰੀ ਵਜ੍ਹਾ ਨਾਲ ਤੂੰ ਸੱਚ ਸੱਚ ਦੱਸ ਇਹ ਪਖੰਡ ਕਿਉਂ ਕਰਦੀ ਆ ਤੁਹਾਨੂੰ ਕੀ ਪਤਾ ਮੈਂ ਕਿਹੜੀ ਮਜਬੂਰੀ ਚ ਕੰਮ ਕਰਦੀ ਆ ਕਿਹਦਾ ਦਿਲ ਕਰਦਾ ਆ ਇਹੋ ਜਿਹੇ ਪਖੰਡ ਕਰਨੇ ਨੂੰ ਕੀ ਮਜਬੂਰੀ ਆ ਤੇਰੀ ਘਰ ਵਾਲਾ ਮੇਰਾ ਸ਼ਰਾਬੀ ਮੇਰਾ ਸਾਥ ਨਹੀਂ ਦਿੰਦਾ ਮੇਰੇ ਨਿੱਕੇ ਨਿੱਕੇ ਜਵਾਕ ਜਿਨ੍ਹਾਂ ਲਈ ਮੈਂ ਦੁੱਧ ਲੈ ਕੇ ਆਉਂਦੀ ਆ ਉਹ ਵੀ ਪੈਸੇ ਕੱਢ ਕੇ ਲੈ ਜਾਂਦਾ ਮੇਰਾ ਘਰ ਵਾਲਾ ਕਿਹਦਾ ਦਿਲ ਕਰਦਾ ਇਹਦੇ ਕੰਮ ਕਰਨੇ ਨੂੰ ਕੋਈ ਨੀ ਭਾਈ ਬੀਬਾ ਰੋ ਨਾ ਜੇ ਗੱਲ ਆ ਨਾ ਅਸੀਂ ਕਲੱਬ ਵਾਲੇ ਤੇਰਾ ਪੂਰਾ ਸਹਿਯੋਗ ਦੇਵਾਂਗੇ ਪਰ ਤੂੰ ਨਾ ਇਹ ਪਖੰਡ ਛੱਡ ਦੇ ਚੰਗੀ ਗੱਲ ਨੀ ਤੇਰੇ ਵਾਸਤੇ ਸਿਰ ਉੱਚਾ ਕਰਕੇ ਜਿਉ ਇਹ ਜ਼ਿਆਦਾ ਦੇਰ ਨੀ ਚੱਲਦੇ ਹੁੰਦੇ ਮੈਨੂੰ ਗਲਤੀ ਹੋ ਗਈ ਨਹੀਂ ਕਰਦੀ ਮੈਂ ਮੁੜ ਕੇ ਇਹੋ ਜਿਹੇ ਕੰਮ ਉਹ ਤੁਸੀਂ ਇੱਥੇ ਬੈਠੇ ਕਰਦੇ ਆ 21ਵੀਂ ਸਦੀ ਵੀ ਖਤਮ ਹੋਣ ਵਾਲੀ ਹੋ ਗਈ ਪਰ ਤੁਹਾਨੂੰ ਅਕਲ ਨਹੀਂ ਆਈ ਗੁਰੂ ਘਰੇ ਜਾਇਆ ਕਰੋ ਉਹ ਜਾਓ ਹੁਣ ਲਿਆ ਤੂੰ ਗੱਦਾਰੀ ਕਰਕੇ ਚੰਗਾ ਨਹੀਂ ਕੀਤਾ ਅਸੀਂ ਆਪਣੇ ਮਿਸ਼ਨ ਨੂੰ ਇੰਨਾ ਅੱਗੇ ਲੈ ਗਏ ਸੀ ਤੇਰੀ ਗੱਦਾਰੀ ਦੇ ਕਾਰਨ ਸਾਡਾ ਮਿਸ਼ਨ ਫੇਲ ਹੋ ਰਿਹਾ ਹੈ ਪਰ ਹੁਣ ਤੇਰੇ ਜੇ ਗੱਦਾਰਾਂ ਦੀ ਨਾ ਇਸ ਪਿੰਡ ਨੂੰ ਨਾ ਸਮਾਜ ਨੂੰ ਕੋਈ ਲੋੜ ਨਹੀਂ ਭੋਲਿਆ ਮਾਰ ਵਾਜ ਉਹਨਾਂ ਨੂੰ ਜੇ ਤੈਨੂੰ ਬਚਾ ਸਕਦੇ ਆ ਤਾਂ ਬਚਾ ਲੈਣ ਲੈ ਆਪਣੀ ਗੱਦਾਰੀ ਦਾ ਨਾਮ ਬਾਈ ਇਹ ਗੱਦਾਰ ਪੈ ਗਿਆ ਹੁਣ ਦੱਸੋ ਅੱਗੇ ਕੀ ਗਿਆ ਨਾ ਤੁਸੀਂ ਕੁਛ ਦੇਖਿਆ ਨਾ ਮੈਂ ਕੁਛ ਸੁਣਿਆ ਸਮਝ ਗਏ ਨਾ ਬਾਲੇ ਨੇ ਤੇ ਭੋਲੇ ਨੇ ਤੇ ਉਹਦੇ ਬੰਦਿਆਂ ਨੇ ਮਿਲ ਕੇ ਦਾਰੂ ਪੀਤੀ ਤੇ ਉਸ ਤੋਂ ਬਾਅਦ ਆਪਣਾ ਹੋਸ਼ ਖੋ ਬੈਠੇ ਤੇ ਉਹਨਾਂ ਨੇ ਮਿਲ ਕੇ ਭੋਲੇ ਨੂੰ ਗੋਲੀ ਮਾਰ ਦਿੱਤੀ ਇਹ ਗੱਲ ਸਾਰੇ ਇਲਾਕੇ 'ਚ ਫੈਲਾ ਦਿਓ ਸਮਝ ਗਏ ਨਾ ਆ ਵੀ ਕਾਕਾ ਇੱਥੇ ਕਿਵੇਂ ਬੈਠੇ ਹੋ ਸਾਡਾ ਪਿੰਡ ਆ ਅਸੀਂ ਜਿੱਥੇ ਮਰਜ਼ੀ ਬੈਠੀਏ ਮੈਂ ਕਿਰਪਾਲ ਸਿੰਘ ਦਾ ਬੇਟਾ ਹਾਂ ਫਿਰ ਬੜਾ ਸਲਾਗਾ ਜਨਾਬ ਇਹਦਾ ਤਾਂ ਕੁਛ ਖਾਧਾ ਪੀਤਾ ਲੱਗਦਾ ਮੋਟਰਸਾਈਕਲ ਲੈ ਕੇ ਚੱਲ ਖਾਣਾ ਜਨਾਬ ਆਪਾਂ ਇੰਨੇ ਝਗੜੇ 'ਚ ਕਿਉਂ ਪੈਣਾ ਹੈ
ਇਹ ਤਾਂ ਬਹੁਤ ਵੱਡੀ ਹਸਤੀ ਨੇ, ਉੱਪਰ ਤੱਕ ਪਹੁੰਚ ਜਾ। ਕੀ ਗੱਲ ਹੋ ਗਈ ਠਣਦਰਾ? ਭਤੀਜਾ ਆਪਣਾ ਤੇ ਭਾਈ ਕਿਰਪਾਲ ਸਿੰਘ ਦਾ ਪੁੱਤਰ ਇਹ, ਤੇ ਤੂੰ ਨਹੀਂ ਚਾਹੁੰਦਾ ਵੀ ਆ ਤੇਰਾ ਮੋਢਾ ਸਟਾਰਾਂ ਨਾਲ ਭਰ ਜਾਵੇ? ਉਹ ਸਰਕਾਰ ਆਪਣੀਆਂ ਉਹ ਵੀ ਤੈ ਲਾ ਮੰਤਰੀ ਸਾਹਿਬ ਨੂੰ ਫੋਨ ਤੇ ਕਰਾ ਠਾਣੇਦਾਰ ਦੀ ਗੱਲ। ਬਾਈ ਜੀ ਇਹਨਾਂ ਨੂੰ ਕੀ ਪਤਾ ਸੀ ਕਿਰਪਾਲ ਦੇ ਬਾਈ ਜੀ ਦੇ ਬੰਦੇ? ਘਰ ਘਰ ਜਾ ਕੇ ਆਪਣਾ ਰਾਬਤਾ ਕਾਇਮ ਕਰ। ਹੋਰ ਵੀ ਕਲੱਬ ਵਾਲਿਓ ਕੀ ਹਾਲ ਹੈ? ਬਸ ਠੀਕ ਹੈ ਜੀ, ਵਧੀਆ। ਅੱਜ ਕਿਵੇਂ? ਬਸ ਗੱਲ ਐਂ ਵੀ ਮਿੱਤਰੋ ਮੇਰੀ ਹੋ ਗਈ ਇੱਥੋਂ ਬਦਲੀ। ਅੱਛਾ, ਡਿਪਾਰਟਮੈਂਟ ਦਾ ਸਿਸਟਮ ਹੈ ਵੀ ਇੱਥੇ ਜਿਹੜੇ ਬੰਦੇ ਘਰਾਂ ਦੇ ਕੋਲ ਸੀ 20 ਕਿਲੋਮੀਟਰ ਬੈਠੇ ਸੀਗੇ, ਉਹਨਾਂ ਨੂੰ ਡਿਪਾਰਟਮੈਂਟ ਨੇ ਘਰੋਂ ਦੂਰ ਰੱਖਤਾ 4 ਸਾਲ। ਹੁਣ ਮੈਂ ਤਾਂ ਨਹੀਂ ਆਉਂਦਾ ਇੱਥੇ। ਇਸ ਗੱਲ ਦਾ ਮੈਨੂੰ ਅਫਸੋਸ ਬਹੁਤ ਹੈ ਵੀ ਤੁਹਾਡੇ ਵਰਗੇ ਬੰਦਿਆਂ ਨੇ ਮੇਰੀ ਜ਼ਿੰਦਗੀ ਬਦਲਤੀ ਸੀ, ਪਰ ਮੈਂ ਤੁਹਾਡੇ ਕੰਮ ਨਹੀਂ ਆ ਸਕਿਆ। ਪਰ ਮੈਂ ਤੁਹਾਨੂੰ ਵਿਸ਼ਵਾਸ ਦਿਵਾਉਣਾ ਕਿ ਜੇ ਕੋਈ ਹੋਰ ਕੋਈ ਪੁਲਿਸ ਅਫਸਰ ਜਿਹੜਾ ਇੱਥੇ ਆਇਆ, ਜੇ ਮੇਰੀ ਕੋਈ ਜਾਣਕਾਰ ਹੋਇਆ ਜਾਂ ਮੇਰੀ ਨੇੜਤਾ ਵਾਲਾ ਹੋਇਆ ਤਾਂ ਸਮਝ ਲਓ ਇਕਬਾਲ ਸਿੰਘ ਹੀ ਆ ਗਿਆ। ਪਰ ਦੁੱਖ ਹੈ ਵੀ ਮੈਂ ਤੁਹਾਡੇ ਇਸ ਮੁਕਾਮ 'ਚ ਤੁਹਾਡੀ ਸਹਾਇਤਾ ਨਹੀਂ ਕਰ ਸਕਿਆ। ਕੋਈ ਗੱਲ ਨਹੀਂ ਠਾਣੇਦਾਰ ਸਾਹਿਬ, ਤੁਸੀਂ ਇੰਨਾ ਕਹਿਤਾ ਸਾਡੇ ਲਈ ਬਹੁਤ ਹੈ, ਪਰ ਦੁੱਖ ਤਾਂ ਸਾਨੂੰ ਵੀ ਹੈ ਕਿ ਸਾਨੂੰ ਇੰਨਾ ਵਧੀਆ ਇੱਕ ਸੱਜਣ ਮਿਲਿਆ ਸੀ। ਚਲੋ ਜੋ ਵਾਹਿਗੁਰੂ ਨੂੰ ਮਨਜ਼ੂਰ। ਰੇਸ਼ਮ ਸਿੰਘ ਸੈਕਟਰੀ ਸਾਹਿਬ ਦੋਸਤੋ, ਸ਼ਾਇਦ ਆਪਣਾ ਸਾਥ ਇੱਥੋਂ ਤੱਕ ਹੀ ਸੀ। ਮੈਨੂੰ ਦੁੱਖ ਬਹੁਤ ਹੈ ਜੋ ਉਹਨਾਂ ਨੂੰ ਬਦਲੀ ਦਾ ਸੁਣਿਆ। ਠੀਕ ਹੈ ਮਿੱਤਰੋ, ਜਗਦੇਵ ਆ ਗੱਡੀ ਰੋਕ। ਪੁੱਤਰਾ ਤੂੰ ਦਿਨ ਪਰ ਦਿਨ ਬੜਾ ਕਮਜ਼ੋਰ ਹੋਈ ਜਾਂਦਾ ਯਾਰ, ਨਾ ਜਿੰਮ ਜਾਂਦਾ ਨਾ ਕਿਸੇ ਕਾਲਜ ਦੀ ਗੇਮ ਦੇ ਵਿੱਚ ਕੋਈ ਹਿੱਸਾ ਲੈਂਦਾ। ਓਏ ਤੂੰ ਜਿਹੜੇ ਪਹਿਲਾਂ ਮੈਡਲ ਜਿੱਤੇ ਨੇ ਉਹਨਾਂ ਨਾਲ ਬਾਈ ਦਾ ਕਿੱਡਾ ਹੌਸਲਾ ਵਧਿਆ ਤੈਨੂੰ ਪਤਾ? ਉਹ ਜੇ ਕੋਈ ਕਾਲਜ ਦੇ ਵਿੱਚ ਇਸ਼ਕ ਮਜਾਜ ਵਾਲੀ ਕੋਈ ਗੱਲਬਾਤ ਆ ਤਾਂ ਉਹ ਵੀ ਦੱਸ ਦੇ। ਨਹੀਂ ਚਾਚਾ, ਇਹੋ ਜਿਹੀ ਤਾਂ ਕੋਈ ਗੱਲ ਵੀ ਨਹੀਂ ਹੈਗੀ। ਉਹ ਕਿਉਂ ਨਹੀਂ ਹੈਗੀ ਸ਼ੇਰਾ? ਨਹੀਂ ਚਾਚਾ, ਤੈਨੂੰ ਪਤਾ ਨਾ ਪਾਪਾ ਦਾ ਸੁਭਾਅ ਕਿੱਦਾਂ ਕੌੜਾ। ਚਾਚਾ ਨਹੀਂ ਇਹੋ ਜਿਹੀ ਕੋਈ ਗੱਲ ਵੀ ਨਹੀਂ। ਦੇਖ ਬਾਈ ਕੱਬਾ ਜ਼ਰੂਰ ਹੈ, ਪਰ ਪੁੱਤ ਔਲਾਦ ਤੋਂ ਉੱਪਰ ਜੀ ਕੁਛ ਨਹੀਂ ਹੁੰਦਾ। ਤੇਰੇ ਲਈ ਦਿਨ ਰਾਤ ਤੇਰਾ ਚਾਚਾ ਤੇਰੇ ਬਰਾਬਰ ਖੜਾ। ਨਾਲੇ ਘਰੇ ਦੋ ਘੋੜੀਆਂ ਜਿਹੜੀਆਂ ਤੈਂ ਆਪਣੀ ਰੀਝ ਨਾਲ ਖਰੀਦੀਆਂ ਸੀ ਮੁਕਤਸਰੋਂ, ਯਾਰ ਉਹਨਾਂ ਦਾ ਵੀ ਖਿਆਲ ਖੁਲ ਕਰ ਲਿਆ ਕਰ, ਹੁਣ ਤੂੰ ਉਹਦੀ ਕੋਈ ਸਵਾਰੀ ਨਹੀਂ ਕਰਦਾ। ਉਹ ਜਾਨਵਰ ਘਰੇ ਕਢਾਏ ਨੇ, ਉਹਨਾਂ ਦੀ ਤੁਰਸ਼ੀਸ ਨਾ ਲੈ। ਬਾਕੀ ਰਹੀ ਕੰਮ ਦੀ ਗੱਲ, ਉਹ ਆਪਣੇ ਬਥੇਰੇ ਬੰਦੇ ਰੱਖੇ ਹੋਏ ਨੇ, ਤੂੰ ਆਪਣੀ ਪੜ੍ਹਾਈ ਦਾ ਅਤੇ ਸਿਹਤ ਦਾ ਖਿਆਲ ਰੱਖ। ਲੈ ਚੱਲ ਹੁਣ ਸ਼ੇਰ ਬੱਗਾ ਘਰ ਚੱਲ, ਚੱਲ ਤੋਰ ਗੱਡੀ, ਚੱਲ ਚੱਲ। ਤੂੰ ਮੈਂ ਚਲਾਉਂਦਾ ਚੁੱਕਿਆ
ਤੂੰ ਮੇਰੇ ਪਿਆਰ ਦੇ ਵਿਗਾੜਿਆ, ਮੈਂ ਇਸ ਗੁਨਾਹ ਦਾ ਹੱਕਦਾਰ। ਬਾਈ ਮੈਂ ਇਹਨੂੰ ਬਹੁਤ ਪਿਆਰ ਕਰਦਾ ਸੀ, ਇਹ ਮੇਰੇ ਪਿਆਰ ਦਾ ਪੈਲ ਲੜ ਗਿਆ, ਮੈਂ ਹੱਥ ਮਾਰ ਕੇ ਮਾਫ਼ੀ ਮੰਗਦਾ ਤੇਰੇ ਕੋਲ। ਜਗਦੇਵ ਨੀ ਦੇਣੀ ਆ, ਮਾੜੀ ਮੋਟੀ ਸ਼ਰਮ ਕਰਿਆ ਕਰ। ਘਰ ਸਾਡੇ ਅੱਗ ਲੱਗਿਆ ਤੈਨੂੰ ਹਾਸਾ ਸੌਂਦਾ, ਜੇ ਵੱਡੇ ਵੀਰ ਨੂੰ ਦੇਖ ਲੈਂਦਾ ਕਹਿੰਦਾ ਤੈਨੂੰ ਵੱਡਾ ਵੀਰ, ਹੱਸਦੀ ਨੂੰ ਤੇਰੀਆਂ ਮਝੀਟੀਆਂ ਪੜ ਦਿੰਦਾ। ਅੱਜ ਤੋਂ ਬਾਅਦ ਘਰ ਚ ਕੋਈ ਹਾਸਾ ਨੀ ਮੈਨੂੰ ਦੇਖਣਾ ਤੈਨੂੰ, ਸਮਝ ਗਏ? ਮਜ਼ਾਕ ਸਮਝਿਆ ਪਹਿਲਾਂ ਨੇ। ਜੇ ਭਰਾ ਦੀ ਮੁੱਠੀ ਚ ਬੋਲਦਾ ਦੇਖਦਾ ਸੀ। ਮੁਸਕਾਨ ਮੈਂ ਤੈਨੂੰ ਇੱਕ ਵਾਰ ਕਹਿ ਦਿੱਤਾ ਨਾ, ਪਾਪਾ ਨੇ ਪਾਬੰਦੀ ਲਾਈ ਆ ਤਾਂ ਮਤਲਬ ਲਾਈ ਆ। ਮੈਨੂੰ ਨੀ ਪਤਾ ਮੇਰੇ ਹੱਥ ਟੁੱਟ ਗਿਆ, ਮੈਨੂੰ ਨਸ਼ਾ ਲਿਆ ਕੇ ਦੇ। ਮੁਸਕਾਨ ਮੈਂ ਤੈਨੂੰ ਇੱਕ ਵਾਰ ਮੈਨੂੰ ਨੀ ਪਤਾ ਤੂੰ ਨਸ਼ਾ ਚਾਹੀਦਾ, ਤੂੰ ਮੈਨੂੰ ਨਸ਼ਾ ਲਿਆ ਕੇ ਦੇ। ਬੈਠ ਤੂੰ ਨਸ਼ਾ ਲਿਆ ਕੇ ਦੇ, ਤੂੰ ਮੇਰੇ ਪਾਪਾ ਨਹੀਂ ਦੱਕੇ ਆ। ਮੁਸਕਾਨ ਤੂੰ ਮੈਨੂੰ ਨਸ਼ਾ ਦੇ, ਮੈਂ ਕਿਹਾ ਨਸ਼ਾ ਦੇ, ਨਹੀਂ ਤੇ ਮੈਂ ਤੈਨੂੰ ਮਾਰ ਦਾਂਗੀ। ਮੈਨੂੰ ਨਸ਼ਾ ਦੇ ਦੇ, ਮੈਂ ਕਹਿ ਰਹੀ ਤੂੰ। ਮੈਂ ਕਿੱਥੋਂ ਦਵਾਂ ਤੈਨੂੰ ਨਸ਼ਾ?
जगदेव मर गया, सॉरी जगदेव मर गया। तेन मैं क्या ही ना बाई नू सुना ना छड़ी रेहड़ी खड़ा बाई नू की जवाब दवा चक जाके हस्पताल लेके चलिए बस जाए ले जाओ मेरे भरा मम्मी तेनु पता मैनु नशे पीन ता सी जिन्हें मैनु नशे पीन लाया उन्हें मैनु चिट्ठा भी दिता इस करके मैं सिर फोड़ के उन्हें मार दिता हूँ मैं भी मरन जा रही हूँ मम्मी मैं भी उन मरन जा रही हूँ हाँ मेरी बची है मुझे काम ना करी ना करी मैं भावे अपने आप नु बेच देवां मैं तेरा इलाज करा लूंगी मम्मी तू मैनु कमरे च बंद किया सी ना जो तेन पता चले मैं चिट्ठा भी नहीं हूँ मैं 20 साल जेल च नहीं रह सकती इस करके मैं मरण लगी हूँ मम्मी मैं मरण लगी हूँ तू यह जो काम ना करी ना तेन मेरा सुख दे सकिया ना मैं इस करके मैं मरण चली मम्मी मैं माफ कर दी मम्मी मैं मरण चली हेलो हेलो हाँ जी किवें की हो गया है किवें हो गया एक मिनट सरदार जी बुरी खबर है जगदेव का एक्सीडेंट हो गया जगदेव का एक्सीडेंट हो गया जी हेलो किवें किने मैं आया आया मैं जिन्नी जल्दी करो ना इनू एम्बुलेंस सरकारी जे कहने 108 पे मंगवा देने नहीं ते अपनी वैन लैके फटाफट इनू लै मैम साडे कोल गड्डी हैगी देखो जी मिंट मिंट सा आई हुंदा जिन्नी जल्दी हो सके लै जाओ इनकी जान बच जाएगी जल्दी लैके हाय हाय मेरी बच्ची है तेनू की हो गया हाय तू ही प्राण नाल लड़गी जाके हाय पहला मेनू सब तेरे कोई सुख नहीं दिता हाय हाय तेनू की हो गया हाय रब्बा मैं की मुंह खाऊंगी जग नू हाय मेरे तो
दोनों बच्चे चले गए। हाय रब्बा मेरी जोड़ी खाली हो गई, मैं लुटी गई। हाय मुस्कान तू की कीता। पर याद रखी, एक दिन तू खून दे हंजू रोएगा ते तैनू वराण वाला कोई नहीं मिलना। जो कुड़ी चाहती होगी ना, जेड़ी ने मेरे उत्तर मत्था पाया तो वो मच में एक ने मैं तुक्के कर दिता। आ सारे पुआड़े नहीं कर सारे, आ तुड़िया ना पप्पा, आ सारे पुआड़े नहीं कर। अच्छा सारे पुआड़े नहीं जाड़, मैं चिट्टा पुआड़ बेचता सी, तुसी आ चिट्टे ना लंगर पुआड़ लांदा सी, तुसी पुट्ट की ने बगाड़िया, तुसी भाभी वीरे रे तेनी हो। दरबार चुप कर जाज, तू आज साढ़े दोनों विच ना बोल। जेड़ी ट्रेन थले आके कुड़ी मरी ना, उसके दोषी तुसी ते ओदा जिहड़ा भरा मरिया चिट्टे दे करके, ओदे दोषी तुसी ते उस मां दे बारे सोचो कि उसका की हाल होया होएगा। पता नहीं थोड़े चिट्टे दी खातर किन्नियां क मावां दे घर उजड़े होणगे, ते ओ सारियां मावां दे घर उजाड़न वाले तुसी धरो उस रब तो। पता नहीं अज मेरा पुत्र ही ओही बदनामा करके उठे पिया। हे वाहेगुरु, मेरा जगदेव सुखी सादी करे अज वे। और अड़के मुहिम चलाइए, और अड़के मुहिम चलाइए, और अड़के मुहिम चलाइए, और अड़के मुहिम चलाइए, और अड़के मुहिम चलाइए। सरदार जी आ क्लब वाली नाटक मंडली आउंदी है नारे लाउंदी, और अड़के मुहिम चलाइए, 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 और अड़के मुहिम चलाइए। क्यों कन खाते है ये मकान के नशा। रेशम सिया है इस तरह पंगे लेके ना दुश्मनियां नहीं निकल दिया, सीधा आ जाता चीर ना देके। तो बुढ़िया का सहारा लेके दुश्मनियां कढ़ दे हैं, बुढ़िया का सहारा लेके दलिया तू ही बोलता है लोगों ने करिया गलौड़ मारिया, जिद तेरे घर अग लगूगी मैं फिर वेखूंगी तू कि इस अग विच मचदा आ। हे सच्चे पातशाह मेनू भी बखा, मैं वेखा इनू कि मचदे नू कि इनू सड़दे नू इस अग विच। ओ कावां दे अखे टगे नहीं मरदे, तू तां ना है ही कौणी। ओए तू और जानू की समझदा, ओए कल्ली ना समझ ली। ਹੁਣ ਤੂੰ ਵੱਡਾ ਖਾਲਸਾ ਆਇਆ ਕਿੰਗਾ, ਸੋ ਕਿਉਂ ਮੰਦਾ ਕੀ ਜੇ ਜਮੇ ਰਹਿ ਜਾਣ, ਓਏ ਅਸੀਂ ਨਹੀਂ ਜਾਣਦੇ। ਓਏ ਪਾਪੀਆ, ਓਏ ਕਮੀਨਿਆ, ਗੁਰਾਂ ਦੀ ਬਾਣੀ ਤੇਰੇ ਮੂੰਹ ਚੰਗੀ ਨਹੀਂ ਲੱਗਦੀ। ਬਾਲੀ ਚਵ ਚਵ ਨਾ ਕਰ ਓਏ, ਜੇ ਹਿੰਮਤ ਆ ਤਾਂ ਇਧਰ ਕੱਟੀਏ ਤੇਰੀ ਸਮਾਜ ਸੇਵਕੀ। ਆਹਾ ਆ ਜਰਾ ਸਰਪੰਚੀ ਲੈਣੀ ਆ, ਸਰਪੰਚੀ ਬਾਈ ਦੇ ਸਿਰ ਤੇ ਬੱਲੇ। ਓ ਗੱਦਾਰਾ, ਜੇ ਤੇਰੇ ਵਰਗੇ ਗੱਦਾਰ ਨਾ ਹੁੰਦੇ ਤਾਂ ਅੱਜ ਪੰਜਾਬ ਸੋਨੇ ਦੀ ਚਿੜੀ ਹੁੰਦਾ।
ਜੇ ਲੋਕਾਂ ਦੇ ਧੀ ਪੋਤੀ ਨਾ ਰਹੇ ਤਾਂ ਸਰਪੰਚ ਹੀ ਕਦ ਤੇ ਕਰੇਗਾ। ਓਏ ਸਬਰ ਦੀ ਵੀ ਕੋਈ ਹੱਦ ਹੁੰਦੀ ਆ। ਤੂੰ ਮੇਰੇ ਹੁੰਦੇ ਕਾਨੂੰਨ ਹੱਥ ਚ ਲੈਣਾ ਕਿਸੇ ਨੇ? ਮੈਨੂੰ ਖੋਸ ਹੋ ਪੱਲਾ ਨੂੰ ਤੂੰ ਵੀ ਹੱਟ। ਇਹਨਾਂ ਦਾ ਇਹੀ ਹਾਲ ਹੋਣਾ ਜੀ ਥਾਣੇਦਾਰਾ। ਥਾਣੇਦਾਰ ਸਾਹਿਬ ਕਰੋ ਹੈੱਡਕੁਆਰਟਰ ਫੋਨ ਤੇ ਕਰੋ ਸਾਨੂੰ ਸਾਰਿਆਂ ਨੂੰ ਜੇਲ੍ਹ ਦੇ ਅੰਦਰ। ਇਹ ਕੋਈ ਇੰਨੇ ਚੰਗੇ ਨਹੀਂ ਸੀ। ਓਏ ਹੁਣ ਕੀ ਕਰੀਏ ਜਨਾਬ? ਇਹ ਚੰਗੇ ਬੰਦੇ ਨਹੀਂ ਸੀ, ਚਿੱਟੇ ਦੇ ਵਪਾਰੀ ਸੀ। ਪਰ ਹੈੱਡਕੁਆਰਟਰ ਜਨਾਬ, ਇੱਥੇ ਚਿੱਟੇ ਦੇ ਵਪਾਰੀ ਆਪ ਵੀ ਕਿਤੇ ਗੋਲੀਆਂ ਮਾਰ ਕੇ ਮਰ ਗਏ। ਜੀ ਜਨਾਬ, ਤਖ਼ਤ ਉੱਪਰੇ ਫੋਰਸ ਭੇਜ ਦਿਓ ਜਨਾਬ। ਦੇਖੋ ਖਾਲਸਾ ਜੀ, ਨਾ ਤਾਂ ਤੁਸੀਂ ਨੇ ਕੁਛ ਕਰਿਆ, ਨਾ ਕੁਛ ਅਸੀਂ ਨੇ ਕੁਛ ਦੇਖਿਆ। ਦੇਖੋ ਭੈਣ ਜੀ, ਨਾ ਤੁਸੀਂ ਨੇ ਕੁਛ ਕਰਿਆ, ਨਾ ਅਸੀਂ ਨੇ ਕੁਛ ਦੇਖਿਆ। ਥਾਣੇਦਾਰ ਸਾਹਿਬ, ਜੇ ਤੁਹਾਡੇ ਵਰਗੇ ਅਫਸਰ ਹਰ ਜ਼ਿਲ੍ਹੇ 'ਚ ਹੋਣ ਤਾਂ ਚਿੱਟਾ ਵੇਚਣਾ ਤਾਂ ਦੂਰ, ਚਿੱਟੇ ਦੇ ਵਪਾਰੀ ਚਿੱਟੇ ਦੇ ਸੁਪਨੇ ਲੈਣਾ ਵੀ ਭੁੱਲ ਜਾਣਗੇ। ਭਾਈ ਸਤਿ ਸ੍ਰੀ ਅਕਾਲ ਜੀ। ਆਪਣੀ ਮੀਟਿੰਗ ਹੈ ਕੱਲ ਨੂੰ, ਮੀਟਿੰਗ ਹਾਂਜੀ ਹਾਂਜੀ ਠੀਕ ਹੈ ਜੀ। ਆਹ ਦੇਖੋ ਗੋਰਾ ਤੇ ਆ ਭੂਰੇ ਨੂੰ ਨਸ਼ੇ ਛੱਡ ਕੇ ਹੁਣ ਵਧੀਆ ਹੋ ਗਏ ਨਾ, ਨਿਖਰੇ ਫਿਰਦੇ ਨੇ। ਸ਼ੁਕਰ ਹੈ ਪਰਮਾਤਮਾ ਦਾ, ਮੇਰਾ ਪੁੱਤ ਵੀ ਨਸ਼ਿਆਂ ਦੀ ਦਲਦਲ ਚੋਂ ਨਿਕਲ ਗਿਆ। ਚਿਹਰੇ ਤੇ ਪੂਰੀ ਰੌਣਕਾਂ, ਹੁਣ ਨਸ਼ਿਆਂ 'ਚ ਕੁਛ ਨਹੀਂ ਪਿਆ, ਹੁਣ ਵੇਖ ਲਾਲ ਪਿਆ ਵਧੀਆ, ਬੰਦਾ ਬੈਠਣਾ ਉੱਠਦਾ ਵੀ ਚੰਗਾ ਲੱਗਦਾ। ਦੇਖੋ ਭੈਣ ਜੀ, ਜਦੋਂ ਇਹ ਨਸ਼ਿਆਂ ਦੇ ਆਦੀ ਸੀਗੇ ਉਦੋਂ ਇਹਨਾਂ ਕੋਲ ਕੌਣ ਖੜਦਾ ਸੀ? ਇਹਦੇ ਕੋਲ ਕਿਹੜੀ ਚੀਜ਼ ਦੀ ਕਮੀ ਸੀ? ਵੀ ਜਾਇਦਾਦ ਪੂਰੀ ਆ, ਸਾਰਿਆਂ ਨਾਲੋਂ ਪੂਰਾ ਸੀ। ਪਰ ਹੁਣ ਜਦੋਂ ਦੇ ਸਾਡੇ ਨਾਲ ਮੈਂਬਰ ਦੇ ਇਹ ਵੀ ਮੁੰਡੇ ਕਲੱਬ ਦੇ ਮੈਂਬਰ ਬਣੇ ਆ, ਹੁਣ ਅੱਗੇ ਨਾਲ ਬਹੁਤ ਵਧੀਆ, ਅਸੀਂ ਵੀ ਨਾਲ ਖੜੇ ਹਾਂ। ਰੇਸ਼ਮ ਭਾਈ ਜੀ ਵੀ ਬਹੁਤ ਇੱਜ਼ਤ ਕਰਦਾ ਇਹਨਾਂ ਦੀ, ਬਹੁਤ ਵਧੀਆ ਗੱਲ ਆ ਇਹ। ਦੇਖੋ ਭੈਣ ਜੀ, ਤੁਸੀਂ ਤਾਂ ਭਾਗਾਂ ਵਾਲੇ ਆ, ਤੁਹਾਡੇ ਬੱਚੇ ਸਾਡੇ ਕਲੱਬ ਨਾਲ ਜੁੜੇ। ਆਂਟੀ, ਜਦੋਂ ਨਸ਼ੇ ਕਰਦੇ ਸੀਗੇ ਉਦੋਂ ਜ਼ਿੰਦਗੀ ਡਰ ਡਰ ਕੇ ਜਿਉਂਦੇ ਸੀਗੇ। ਲੈ ਆਂਟੀ, ਜਦੋਂ ਦੇ ਨਸ਼ੇ ਛੱਡੇ ਆ ਸੁੱਖ ਦੀ ਨੀਂਦ ਸੌਂਦੇ ਆ। ਦੇਖੋ ਵੀਰ ਜੀ, ਜਿੱਥੇ ਇਹਨਾਂ ਦੇ ਪਾਪੇ ਉਹਨਾਂ ਦੇ ਜਾਣ ਦਾ ਦੁੱਖ ਹੈ ਨਾ, ਉੱਥੇ ਇਸ ਘਰ ਤੋਂ ਚਿੱਟੇ ਦੇ ਕਲੰਕ ਉਤਰਨ ਦੀ ਵੀ ਖੁਸ਼ੀ ਹੈ, ਤੇ ਹੁਣ ਮੇਰੇ ਬੱਚੇ ਦਾ ਖਿਆਲ ਤੁਸੀਂ ਰੱਖਣਾ। ਕੋਈ ਗੱਲ ਨੀ ਭੈਣ ਜੀ, ਇਹ ਸਾਰੇ ਆਪਣੇ ਬੱਚੇ ਆ, ਤੁਸੀਂ ਬੇਫਿਕਰ ਹੋ ਜੀ। ਲੈ ਵੀ ਜੇ ਦਿਓ, ਹੁਣ ਆਪਾਂ ਤੁਹਾਡੇ ਘਰੇ ਕਲੱਬ ਦਾ ਨਾਰਾ ਵੀ ਲਾ ਦਈਏ। ਠੀਕ ਹੈ ਬਾਈ। ਓ ਗੋਰਿਆ, ਓ ਭੂਰਿਆ, ਚੱਲ ਆਪਣੇ ਕਲੱਬ ਦਾ ਨਾਰਾ ਲਾਈਏ। ਓ ਪਿੰਡ ਪਿੰਡ ਅਸੀਂ ਜਾਵਾਂਗੇ, ਜਾ ਕੇ ਅਰਥ ਚ ਗਾਵਾਂਗੇ, ਆਪਣਾ ਸੁਣਾਉਣ ਦਾ ਬਜਾ ਲਵਾਂਗੇ।
ਤੁਹਾਨੂੰ ਕੌੜਾ ਸੱਚ ਏ ਲੋਕੋ ਓਏ ਜਿਵੇਂ ਵਿੱਚ ਜ਼ਮੀਨਾਂ ਸੌਂਦੇ ਨਹੀਂ ਓ ਅਕੀਏ ਲੋਕੋ ਓਏ ਲੱਤ ਨਸ਼ਿਆਂ ਦੀ ਪਿੱਛੇ ਛੱਡ ਗਈ ਚੰਗੀਆਂ ਰਾਵਾਂ ਨੂੰ ਪੁੱਤੀ ਜਿਨ੍ਹਾਂ ਦੇ ਟੀਕੇ ਲਾਉਂਦੇ ਪੁੱਛ ਕੇ ਵੇਖੋ ਬੁੱਧ ਜਿਨ੍ਹਾਂ ਦੇ ਚਿੱਟਾ ਲਾਉਂਦੇ ਪੁੱਛ ਕੇ ਵੇਖੋ ਮਾਵਾਂ ਸਿਰ ਉੱਤੇ ਪੰਡ ਰੱਖ ਕਰਜੇ ਦੀ ਤੈਨੂੰ ਖੂਬ ਪੜਾਇਆ ਸੀ ਸੋਚਿਆ ਸੀ ਖੁਦ ਕਰੂ ਨੌਕਰੀ ਮਨ ਵਿੱਚ ਖਾਬ ਵਸਾਇਆ ਸੀ ਹੁਣ ਪੁੱਤਰਾ ਤੂੰ ਲੱਤੜ ਕੇ ਸੁੱਟ ਗਿਆ ਸਾਡੇ ਸਦਰਾਂ ਜਿਨ੍ਹਾਂ ਦੇ ਟੀਕੇ ਲਾਉਂਦੇ ਪੁੱਛ ਕੇ ਵੇਖੋ ਮਾਵਾਂ ਬੁੱਧ ਜਿਨ੍ਹਾਂ ਦੇ ਚਿੱਟਾ ਲਾਉਂਦੇ ਪੁੱਛ ਕੇ ਵੇਖੋ ਮਾਵਾਂ ਬੇਅਰਥੀ ਨਾ ਜਾਵੇ ਜਿਹੜੀ ਗੱਲ ਸਿਆਣਿਆ ਆਖੀ ਪੀਸ ਮੈਂ ਕਿਤੇ ਚਿੱਟਾ ਲਾਉਣਾ ਅੱਖ ਮੌਤ ਨੂੰ ਮਾਸੀ ਦੇਣੀ ਸਕਦੇ ਅੱਜ ਸੁੱਟ ਗਏ ਮੰਦਿਆਂ ਭਾਵਾਂ ਨੂੰ ਪੁੱਤ ਜਿਨ੍ਹਾਂ ਦੇ ਟੀਕੇ ਲਾਉਂਦੇ ਪੁੱਛ ਕੇ ਵੇਖੋ ਮਾਵਾਂ ਪੁੱਤ ਜਿਨ੍ਹਾਂ ਦੇ ਚਿੱਟਾ ਲਾਉਂਦੇ ਪੁੱਛ ਕੇ ਵੇਖੋ ਮਾਵਾਂ ਸੁਲਫਾ ਸੂਟਾ ਟੀਕੇ ਲਾਉਣੇ ਕੀ ਤੁਹਾਡੀ ਜਵਾਨੀ ਵਿੱਚ ਫਿਕਰਾਂ ਮਾਂ ਸੁੱਟ ਦੀ ਜਾਵੇ ਕੀ ਆਉਂਦੀ ਜ਼ਿੰਦਗਾਨੀ ਜਿੱਥੇ ਤੈਨੂੰ ਦਿੱਤੀਆਂ ਲੋਰੀਆਂ ਚੇਤੇ ਕਰ ਉਹਨਾਂ ਥਾਵਾਂ ਨੂੰ ਪੁੱਤ ਜਿਨ੍ਹਾਂ ਦੇ ਮਰ ਗਏ ਲੋਕੋ ਪੁੱਛ ਕੇ ਵੇਖੋ ਮਾਵਾਂ ਨੂੰ ਪੁੱਤ ਜਿਨ੍ਹਾਂ ਦੇ ਮਰ ਗਏ ਲੋਕੋ ਪੁੱਛ ਕੇ ਵੇਖੋ ਮਾਵਾਂ